ਹਾਂਜੀ, ਸਵਾਗਤ ਹੈ ਜੀ ਤੁਹਾਡਾ ਮੁੜ ਤੋਂ। ਅਤੇ ਆਪਾਂ ਇੰਟਰਵਿਊ ਤਾਂ ਇਹ ਭਾਈ ਸਾਹਿਬ ਹੋਰਾਂ ਦੀ ਲੰਬੀ ਆ ਜਿਹੜੀ ਰਹਿੰਦੀ ਆ, ਪਰ ਆਪਾਂ ਇਹਨੂੰ ਪਹਿਲਾਂ ਸੁਣ ਲਿਆ ਸੀ, ਕੋਈ ਨਹੀਂ ਫਿਰ ਕਿਤੇ ਦੁਬਾਰਾ ਡਿਸਕਸ ਕਰ ਲਾਂਗੇ। ਹੁਣ ਆਪਾਂ ਜਿਹੜੀ ਸਤਵਿੰਦਰ ਸਿੰਘ ਧੀਰੇ ਵਾਲੀ ਜਿਹੜੀ ਵੀਡੀਓ ਆ, ਉਹਨੂੰ ਜਿੰਨਾ ਵੀ ਹੁਣ ਸਾਡੇ ਕੋਲ ਸਮਾਂ ਹੋਰ ਬਚਦਾ ਆ ਉਹਦੇ ਵਿੱਚ ਕੋਸ਼ਿਸ਼ ਕਰਦੇ ਹਾਂ ਉਹਨੂੰ ਡਿਸਕਸ ਕਰਨੇ ਦੀ, ਕਿਉਂਕਿ ਗੱਲਬਾਤ ਤਾਂ ਜਿਹੜਾ ਥੀਮ ਆ ਉਹਨਾਂ ਦਾ ਉਹ ਤਾਂ ਪਤਾ ਆ, ਪਰ ਵੀਡੀਓ ਚਲਾ ਕੇ ਸਾਡਾ ਜਿਹੜਾ ਗੱਲ ਕਰਨ ਦਾ ਮਕਸਦ ਆ ਉਹ ਇਹੀ ਹੁੰਦਾ ਆ ਵੀ ਕਿਸੇ ਗੱਲੋਂ ਅਨਫੇਅਰ ਨਾ ਹੋ ਜਾਏ ਕਿਸੇ ਗੱਲੋਂ। ਇਹ ਜਦੋਂ ਅਸੀਂ ਗੱਲ ਕਹਿਣੀ ਆ ਤੁਹਾਨੂੰ, ਵੈਸੇ ਅਸੀਂ ਉੱਦਾਂ ਆ ਕੇ ਦੱਸਾਂਗੇ ਤੁਹਾਨੂੰ ਵੀ ਦੇਖੋ ਉਹਨਾਂ ਨੇ ਆਹ ਗੱਲ ਕਹੀ ਆ, ਆਹ ਗੱਲ ਕਹੀ, ਸੁਣਨ ਵਾਲੇ ਨੂੰ ਲੱਗਣਾ ਪਤਾ ਨਹੀਂ ਕੋਲੋਂ ਹੀ ਕਹਿ ਦਿੱਤੀ ਆ। ਇਹਦੇ ਇਹ ਸਾਰੇ ਦੇ ਵਿੱਚ ਆ, ਬੁੱਧਵਾਰ ਨੂੰ ਵੀ ਸਾਨੂੰ ਇਹੀ ਇਹਨਾਂ ਦੀ ਵੀਡੀਓ ਜਿਹੜੀ ਆ ਉਹ ਕਰਨੀ ਪੈਣੀ ਆ ਡਿਸਕਸ, ਕਿਉਂਕਿ ਟਕਸਾਲੀਆਂ ਦੇ ਨਾਲ ਨਾਲ ਇਹ ਜਿਹੜਾ ਸਾਡਾ ਵਿਦਵਾਨ ਲਾਣਾ ਜਾਗਰੂਕ ਲਾਣਾ ਆ ਇਹਨਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਲੱਗ ਰਿਹਾ ਵਾਰ ਵਾਰ ਮੈਨੂੰ, ਵੀ ਸਾਨੂੰ ਖਤਰਾ ਉਹਨਾਂ ਤੋਂ ਨਹੀਂ ਇੰਨਾ ਹੈਗਾ, ਉਹਨਾਂ ਦੇ ਨਾਲੋਂ ਤੋੜ ਵਿਛੋੜਾ ਵੀ ਸਾਡਾ ਹੋ ਜਾਊਗਾ, ਅੱਗੇ ਲੋਕ ਵੱਧ ਵੀ ਜਾਣਗੇ ਸਾਡੇ, ਆਪਾਂ ਫੈਸਲਾ ਕਰ ਲਾਂਗੇ ਵੀ ਕਿੱਦਾਂ ਕਿੱਦਾਂ ਨਿਕਲਣਾ ਉਹਨਾਂ ਦੇ ਇੱਕ ਸਾਈਡ ਤੋਂ ਹੋ ਕੇ ਕਿੱਦਾਂ ਨਿਕਲਣਾ ਆ, ਪਰ ਇਹਨਾਂ ਦੇ ਕੋਲੋਂ ਨਹੀਂ ਨਿਕਲ ਹੋਣਾ, ਕਿਉਂਕਿ ਬਹੁਤ ਸਾਰੇ ਜਿਹੜਾ ਉੱਦਣ ਵੀਰ ਪਹਿਲਾਂ ਵੀ ਕਿਹਾ ਕਿ ਗਿਆ ਜਿਹਦਾ ਕੈਨੇਡਾ ਤੋਂ ਫੋਨ ਆਇਆ ਸੀ, ਇੱਦਾਂ ਦੇ ਬਹੁਤ ਸਾਰੇ ਆ ਜਿਹੜੇ ਸਿਆਣੇ ਆ, ਸਮਝਦਾਰ ਆ, ਦਾਅਵਾ ਕਰਦੇ ਆ, ਵਿੱਚ ਬੈਠੇ ਆ ਸਾਡੇ, ਪਰ ਉਹ ਬੈਠੇ ਜਿਹੜੇ ਆ ਸ਼ਹਿ ਲਾ ਕੇ ਇੱਦਾਂ ਆ ਵੀ ਸੋਚ ਜਿਹੜੀ ਆ ਸਿਰਫ ਸੋਫਟਵੇਅਰ ਦਾ ਫਰਕ ਆ ਜੀ, ਠੀਕ ਆ, ਹਾਰਡਵੇਅਰ ਜਿਹੜਾ ਆ ਨਾ ਉਹ ਉਹ ਇਹਨਾਂ ਦਾ ਸਾਰਿਆਂ ਦਾ, ਜਿੱਦਾਂ ਟਕਸਾਲੀਆਂ ਦਾ ਕਹਿੰਦੇ ਆ ਨਾ ਅਸੀਂ, ਜਿਹੜਾ ਸੋਫਟਵੇਅਰ ਆ ਉਹਦਾ ਫਰਕ ਆ, ਪਰ ਹਾਰਡਵੇਅਰ ਹਿੰਦੂਆਂ ਵਾਲਾ ਹੀ ਆ ਜੀ, ਠੀਕ ਆ, ਮਨੌਤਾਂ ਜਿਹੜੀਆਂ ਨਾ ਸਾਰੀਆਂ ਜੋ ਕੁਛ ਉਹ ਮੂਰਤੀ ਨਾਲ ਕਰਦੇ ਆ ਉਦਾਂ ਹੀ ਇਹ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਆ, ਜੋ ਆਪਣੇ ਦੇਵਤਿਆਂ ਬਾਰੇ ਸੋਚਦੇ ਆ ਇੱਦਾਂ ਹੀ ਇਹ ਗੁਰੂ ਸਾਹਿਬ ਬਾਰੇ ਸੋਚਦੇ ਆ, ਜਿੱਦਾਂ ਉਹ ਕਹਿੰਦੇ ਆ ਵੀ ਦੇਵਤਿਆਂ ਦੇ ਮੰਤਰ ਰਟਨ ਕਰਨ ਦੇ ਨਾਲ ਸ਼ਕਤੀਆਂ ਆ ਜਾਂਦੀਆਂ ਆ, ਇੱਦਾਂ ਹੀ ਇਹਨਾਂ ਦੇ ਦਿਮਾਗ ਨੂੰ ਇਲਿਊਜ਼ਨ ਹੋਇਆ ਵੀ ਸਾਡੇ ਬ੍ਰਹਮ ਗਿਆਨੀ ਬਣ ਜਾਂਦੇ ਆ, ਹਨਾ, ਗੁਰਬਾਣੀ ਦੀਆਂ ਪੱਕਤੀਆਂ ਮਰਜ਼ੀ ਨਾਲ ਚੱਕ ਲਈਆਂ, ਜਿਹੜੇ ਅਰਥ ਹਿੰਦੂਵਾਦ ਨੇ ਕਰਕੇ ਸਾਡੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਤੋਂ ਬਦਲਾ ਲੈਣ ਲਈ ਕਰਕੇ ਰੱਖੇ ਆ ਉਹਨੂੰ ਫੜ ਲਿਆ ਵੀ ਦੇਖੋ ਜੀ ਗੁਰਬਾਣੀ ਚ ਲਿਖਿਆ ਬ੍ਰਹਮ ਗਿਆਨੀ ਹੁੰਦਾ ਆ, ਗੁਰਬਾਣੀ ਚ ਲਿਖਿਆ ਬ੍ਰਹਮਾ ਵਿਸ਼ਨੂੰ ਸ਼ਿਵ ਹੈਗੇ ਆ, ਗੁਰਬਾਣੀ ਚ ਲਿਖਿਆ ਭੂਤ ਪ੍ਰੇਤ ਹੁੰਦੇ ਆ, ਹਨਾ, ਗੁਰਬਾਣੀ ਚ ਲਿਖਿਆ ਵੀ ਅੰਮ੍ਰਿਤ ਹੁੰਦਾ ਆ, ਉਹ ਸਾਰਾ ਇੱਦਾਂ ਹੀ ਜਿੱਦਾਂ ਹਿੰਦੂਆਂ ਦਾ ਹਾਰਡਵੇਅਰ ਜਿਹੜਾ ਆ ਉਹਦਾ ਤਾਂ ਟਕਸਾਲੀਆਂ ਦਾ ਫਰਕ ਨਹੀਂ ਹੈਗਾ, ਉੱਦਾਂ ਹੀ ਟਕਸਾਲੀਆਂ ਦੇ ਹਾਰਡਵੇਅਰ ਦਾ ਤਾਂ ਸਾਡੇ ਜਾਗਰੂਕ ਦਾ ਤੇ ਇਹ ਜਿਹੜੇ ਜਿਹੜੇ ਵਿਦਵਾਨ ਤਬਕਾ ਆ ਇਹਨਾਂ ਦਾ ਫਰਕ ਨਹੀਂ, ਸੋਫਟਵੇਅਰ ਦਾ ਫਰਕ ਆ। ਇਸੇ ਕਰਕੇ ਇਹ ਨਹੀਂ ਚਾਹੁੰਦੇ ਵੀ ਲੜਾਈ ਆਰ ਜਾਂ ਪਾਰ ਦੀ ਹੋਵੇ, ਇਹ ਚਾਹੁੰਦੇ ਆ ਵੀ ਉਹਨਾਂ ਦੀਆਂ ਮਨੌਤਾਂ ਜਿਹੜੀਆਂ ਆ ਨਾ ਉਹਦੇ ਉੱਤੇ ਹੀ ਵਿਚਾਰ ਕੀਤੀ ਜਾਵੇ ਬਸ, ਤੇ ਉਹ ਦਸ ਗ੍ਰੰਥ ਨੂੰ ਫੜ ਕੇ ਖੜੇ ਹੋਣ ਤੇ ਅਸੀਂ ਵਿਰੋਧ ਕਰਦੇ ਹੋਈਏ। ਠੀਕ ਆ, ਸਾਡੇ ਨਾਲ ਸਰੋਤੇ ਆ ਜੀ, ਇੱਕ ਸਵਾਗਤ ਹੈ ਜੀ ਤੁਹਾਡਾ। ਨਹੀਂ ਜੀ, ਫੋਨ ਕੱਟਿਆ ਗਿਆ। ਹਾਂਜੀ, ਤੇ ਕੋਈ ਨੀ ਜੀ, ਉਹ ਜੇ ਉਹਨੀ ਗੱਲ ਕਰਨੀ ਹੋਈ ਦੁਬਾਰਾ, ਇੱਕ ਦੋ ਮੈਸੇਜ ਆਏ ਸੀਗੇ ਕੁਝ ਲੱਗਿਆ ਮੈਨੂੰ, ਦੁਬਾਰਾ ਆਇਆ ਮੈਸੇਜ ਤਾਂ ਫਿਰ ਕਰ ਲਾਂਗੇ, ਨਹੀਂ ਤਾਂ ਅਸੀਂ ਆਪਣਾ ਧੀਰੇ ਨੂੰ ਸੁਣ ਲਈਏ ਹੋਰ ਥੋੜਾ। ਹਾਂਜੀ, ਸੋਰੀ, ਤੇ ਕਈ ਨਾਮੀ ਵਿਦਵਾਨ ਪ੍ਰਚਾਰਕਾਂ ਨੇ ਇਹਨੂੰ ਬੇਨਤੀ ਕੀਤੀ ਵੀ ਦੀਵਾਨ ਨਾ ਕੈਂਸਲ ਕਰਿਓ, ਤੇ ਉੱਥੇ ਪ੍ਰਸ਼ਾਸਨ ਪੂਰਾ ਦੀਵਾਨ ਲਵਾਉਣ ਦਾ ਪੂਰਾ ਹੱਕ ਸੀਗਾ, ਸਹਿਮਤ ਸੀਗਾ, ਤੇ ਉੱਥੇ ਬਾਬਾ ਜੀ ਕੈਂਸਲ ਕਰ ਗਏ ਆਪ ਭਾਈ ਰਣਜੀਤ ਸਿੰਘ। ਹਾਂ, ਅੰਮ੍ਰਿਤਸਰ ਦੀ ਗੱਲ ਕਰਦੇ ਆ, ਉਹਦੇ ਵਿੱਚ ਟੱਲੇ ਵਾਲੀ ਨੇ ਕਿਹਾ ਸੀ, ਕਹਿੰਦਾ ਵੀ ਉਦੋਂ ਸਾਡੀ ਮੀਟਿੰਗ ਹੋਈ ਜਿਹਨੂੰ ਨਾਮੀ ਵਿਦਵਾਨ ਕਹਿੰਦਾ ਇਹ, ਉਹ ਹੈਗਾ ਭਾਈ ਅਮਰੀਕ ਸਿੰਘ। ਮੈਂ ਤਾਂ ਅੱਜ ਵੀ ਕਹਿੰਦਾ, ਮੈਂ ਕਹਿੰਦਾ ਅੱਜ ਭਾਈ ਰਣਜੀਤ ਸਿੰਘ ਇੱਕ ਵਾਰ ਕਹਿ ਦੇਣ ਨਾ
ਭਈ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਤੁਸੀਂ ਕਹਿੰਦੇ ਬੇਅਦਬੀ ਹੋਈ ਆ। ਅੱਜ ਸਾਡੀ ਬੋਲਣ ਦੀ ਆਜ਼ਾਦੀ ਦੇ ਉੱਤੇ ਡਾਕਾ ਬਚ ਰਿਹਾ ਹੈ, ਤੁਸੀਂ ਬੋਲੋਗੇ ਨੀ ਨਾਲ? ਸਾਰੇ ਕਥਾਕਾਰ ਇੱਕ ਜੁੱਟ ਹੋ ਕੇ ਕਹਿਣਗੇ ਵੀ ਅਸੀਂ ਨਾਲ ਆ, ਕਿਉਂਕਿ ਉਹਨਾਂ ਦਾ ਵੀ ਉੱਥੇ ਸਵਾਲ ਉੱਥੇ ਹੀ ਖੜਾ ਬਸ ਉਹਨਾਂ ਦਾ ਮਕਸਦ ਹੱਲ ਹੁੰਦਾ। ਔਰ ਇਹ ਵੀ ਕਹਿਣਗੇ ਉਹ, ਇਹਨਾਂ ਨੂੰ ਇਹ ਵੀ ਕਹਿਣਗੇ ਵੀ ਤੁਸੀਂ ਦੀਵਾਨ ਰੱਖੋ, ਅਸੀਂ ਸਾਰੇ ਸਟੇਜ ਤੇ ਬੋਲਦੇ, ਔਰ ਬੋਲਣਗੇ ਵੀ ਹੱਕ ਦੇ ਵਿੱਚ। ਹਾਂ ਬਿਲਕੁਲ ਬੋਲਣਗੇ, ਠੀਕ ਆ। ਉੱਥੇ ਅਸੀਂ ਕਹਿੰਦੇ ਨਾ ਵੀ ਟਕਸਾਲੀਆਂ ਤੋਂ ਡਰਦੇ ਆ, ਕਿਉਂਕਿ ਜਿਹੜਾ ਨਾ ਇੱਕ ਦੇਖੋ ਇੱਕ ਚੋਰ ਆ ਜੀ, ਠੀਕ ਆ, ਇੱਕ ਡਾਕੂ ਆ ਜੀ, ਉਹ ਜਦੋਂ ਚੋਰੀ ਕਰਨ ਜਾਂਦਾ ਉਹ, ਠੀਕ ਆ ਜੀ, ਕੀ ਉਹਨੂੰ ਗਰੰਟੀ ਆ ਵੀ ਪਤਾ ਹੁੰਦਾ ਉਹਨੂੰ ਵੀ ਘਰ ਚ ਕੌਣ ਕੌਣ ਹੈਗੇ, ਕਿੰਨੇ ਹਥਿਆਰ ਆ, ਸਾਰੀ ਸੂਹ ਹੁੰਦੀ ਆ ਨਹੀਂ ਨਾ, ਠੀਕ ਆ। ਕੀ ਉਹ ਸਿਰਫ ਕਮਜ਼ੋਰ ਲੋਕਾਂ ਦੇ ਘਰੇ ਚੋਰੀ ਕਰਦਾ ਹੈ? ਨਾ। ਕਿ ਉਹਨੂੰ ਮਰਨ ਦਾ ਕੋਈ ਖਤਰਾ ਨਹੀਂ ਹੁੰਦਾ? ਬਿਲਕੁਲ ਹੁੰਦਾ ਹੈ, ਹੁੰਦਾ ਹੈ ਨਾ। ਪਰ ਜਿਹੜਾ ਲੋਭ ਆ ਨਾ, ਜਿਹੜੀ ਇੱਛਾ ਹੈ ਉਹਦੀ ਵੀ ਬਿਨਾਂ ਕੁਛ ਕੀਤੇ ਅਮੀਰ ਹੋਣ ਦੀ, ਉਹਨੂੰ ਖਤਰਾ ਮੁੱਲ ਲੈਣ ਲਈ ਮਜਬੂਰ ਕਰਦੀ ਆ, ਠੀਕ ਆ। ਤਾਂ ਫਿਰ ਇਹ ਬੰਦੇ ਖਤਰਾ ਨਹੀਂ ਮੁੱਲ ਲੈ ਸਕਦੇ, ਲੈ ਸਕਦੇ, ਲੈਣਗੇ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੇ ਉਹ ਖਤਰਾ ਮੁੱਲ ਨਾ ਲਿਆ ਤੇ ਸਾਡੀ ਰੋਜੀ ਕਿੱਦਾਂ ਚੱਲੂਗੀ? ਜੇ ਇਸ ਚੀਜ਼ ਤੋਂ ਡਰ ਗਏ ਤੇ ਰੋਟੀ ਕਿੱਥੋਂ ਮਿਲੂਗੀ? ਹੋਰ ਤਾਂ ਕੁਛ ਕਰਨ ਜੋਗੇ ਨਹੀਂ ਹੈਗੇ, ਜ਼ਰੂਰੀ ਆ ਲੈਣਾ, ਉਹ ਲੈ ਸਕਦੇ ਆ, ਉਹ ਡਰਦੇ ਨਹੀਂ ਟਕਸਾਲੀਆਂ ਤੋਂ, ਹਾਂਜੀ, ਠੀਕ ਆ। ਪਰ ਗੱਲ ਇਹ ਆ ਵੀ ਉਹ ਡਰ ਇਸ ਗੱਲੋਂ ਹੁਣ ਰਹੇ ਆ ਵੀ ਜਿਹੜੀ ਇੱਕ ਲੀਹ ਵੱਖਰੀ ਕਰ ਦਿੱਤੀ ਆ ਨਾ ਢੱਡਰੀਆਂ ਵਾਲਿਆਂ ਨੇ, ਹਨਾ, ਉਹਨਾਂ ਦੇ ਖਤਰਾ ਮੁੱਲ ਲੈਣ ਤੋਂ ਬਾਅਦ ਵੀ ਪ੍ਰਾਪਤ ਕੁਛ ਨਹੀਂ ਹੋਣਾ। ਹੁਣ ਅੱਜ ਉਹਨਾਂ ਨੂੰ ਇਹ ਲੱਗਿਆ ਤੇ ਇਹਨਾਂ ਨੇ ਅੱਜ ਤਾਂ ਲਕੀਰ ਖਿੱਚਣ ਦੀ ਗੱਲ ਕਰ ਦਿੱਤੀ ਆ, ਅੱਜ ਆ ਕਰ ਦਿੱਤੀ ਭਲਕੇ ਨੂੰ, ਜੇ ਇਹਨਾਂ ਨੇ ਕਹਿਤਾ ਵੀ ਦੀਵਾਨ ਲਾਉਣ ਦੀ ਲੋੜ ਨਹੀਂ ਹੈਗੀ, ਫਿਰ ਟੀਵੀ ਦੇ ਉੱਤੇ ਬੈਠ ਕੇ ਪ੍ਰਚਾਰ ਕਰ ਲਓ ਆਪਣਾ ਵੀ ਨੈੱਟ ਤੇ ਕਿਸੇ ਘਰ ਬੰਦੇ ਸੁਣਦੇ ਆ, ਫਿਰ ਕੀ ਕਰਾਂਗੇ ਵੀ? ਇਸ ਕਰਕੇ ਇਹਦੇ ਨਾਲੋਂ ਉਹਨਾਂ ਨੂੰ ਅੱਜ ਜਿੰਨਾ ਵਿਛੋੜਾ ਟਕਸਾਲੀਆਂ ਦੇ ਨਾਲੋਂ ਕਰਨ ਦੀ ਲੋੜ ਆ, ਉਨਾ ਹੀ ਢੱਡਰੀਆਂ ਵਾਲਿਆਂ ਨਾਲੋਂ ਕਰਨ ਦੀ ਲੋੜ ਆ। ਨਹੀਂ ਤਾਂ ਅਮਰੀਕ ਸਿੰਘ ਬੰਦੇ ਦੀ ਕੀ ਔਕਾਤ ਆ ਜਾਣੀ, ਉਹਨੂੰ ਕੀ ਪਤਾ ਇਸ ਗੱਲ ਦਾ, ਉਹ ਕਿੱਦਾਂ ਕਹਿ ਸਕਦਾ ਵੀ ਤੁਸੀਂ ਦੀਵਾਨ ਲਾਓ ਤਾਂ ਖੜਾ ਅਸੀਂ ਨਾਲ ਖੜਾਂਗੇ? ਨਹੀਂ, ਨਾਲੇ ਉਹਨਾਂ ਨੂੰ ਜ਼ਰੂਰਤ ਵੀ ਨਹੀਂ ਹੈਗੀ ਨਾ, ਤੁਸੀਂ ਆਪਣੇ ਸਾਰੇ ਇਕੱਠੇ ਹੋ ਕੇ ਲਾ ਲਓ ਤੇ ਭਾਈ ਸਾਹਿਬ ਨੂੰ ਵਿੱਚੋਂ ਕੱਢ ਦੋ, ਫਿਰ ਦੇਖੋ ਤੁਹਾਡਾ ਕੋਈ ਰਾਂਦਾ ਰੋਕਣ ਵਾਸਤੇ? ਪੰਥਕ ਅਸੈਂਬਲੀ ਬਣੂਗੀ, ਇੱਦਾਂ ਹੀ ਹੋਊਗਾ। ਮਤਲਬ ਵੀ ਸਾਰੇ ਇਕੱਠੇ ਹੋ ਕੇ ਤੁਸੀਂ ਲਾ ਲਓ। ਅਸੀਂ ਨਾ ਫਰਾਈਡੇ ਮੈਨੂੰ ਲੱਗਦਾ ਸੂਤ ਆ ਜਾਣਾ ਸਾਡਾ ਜੀ, ਫਰਾਈਡੇ 4 ਘੰਟੇ ਲਾਉਣੇ ਅਸੀਂ, ਠੀਕ ਹੈ ਜੀ, ਠੀਕ ਆ, ਠੀਕ ਹੈ, ਤੇ ਹੋਰ ਉਹ ਹੋਰ ਕਿਤੇ ਟਾਈਮ ਨਹੀਂ ਸਾਡਾ ਲੱਗਣਾ, ਠੀਕ ਹੈ ਜੀ, ਫੇਸਬੁੱਕ ਤੇ ਲਾਈਵ ਕਰੂੰਗਾ ਪ੍ਰੋਗਰਾਮ ਮੈਂ, ਠੀਕ ਹੈ ਜੀ, ਠੀਕ ਆ, ਤੇ ਉਹ 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 ਪੰਥਕ ਅਸੈਂਬਲੀ ਬਾਰੇ ਕਰਾਂਗੇ ਵਿਚਾਰ ਆਪਾਂ, ਠੀਕ ਹੈ ਜੀ, ਠੀਕ ਆ। ਹੁਣ ਜਾਣੀ ਨਾ ਵਿਦਵਾਨਾਂ ਨੂੰ ਸੁਣ ਕੇ ਬੰਦਾ ਇੰਨਾ ਯਾਰ ਹੈਰਾਨ ਹੁੰਦਾ, ਕਿੱਥੇ ਗਿਆ ਦਿਮਾਗ ਸਾਡਾ, ਕਿੱਦਾਂ ਸਰਕਾਰ ਨੇ, ਕਿੱਦਾਂ ਏਜੰਸੀਆਂ ਨੇ, ਇਸ ਸਿਸਟਮ ਨੇ ਕਿੱਦਾਂ ਸਾਡੇ ਦਿਮਾਗ ਦੇ ਅੰਦਰ ਵੜ ਕੇ ਹਿਪਨੋਟਾਈਜ਼ ਕਿੱਦਾਂ ਕਰ ਲਿਆ ਜੀ, ਠੀਕ ਆ। ਹੁਣ ਆਹ ਜਿਹੜੀ ਗੱਲ ਇਹ ਕਹਿ ਰਿਹਾ ਆ, ਇਹ ਗੱਲ ਅਮਰੀਕ ਸਿੰਘ ਵਰਗੇ ਬੰਦਿਆਂ ਦੇ ਬਸ ਦੀ ਗੱਲ ਨਹੀਂ ਹੈਗੀ, ਉਹ ਤਾਂ ਬੰਦੇ ਉਹਨਾਂ ਦਾ ਸਾਰਾ ਜ਼ੋਰ ਹੀ ਇੱਦਾਂ ਲੱਗਾ ਆ, ਠੀਕ ਆ। ਹੁਣ ਜੇ ਤੁਹਾਨੂੰ ਭਾਈ ਸਰੋਤਿਆਂ ਨੂੰ ਵੀ ਬੇਨਤੀ ਆ, ਜੇ ਆ ਪਿਛਲੇ 1.5-2 ਸਾਲ ਚ ਤੁਹਾਨੂੰ ਇਹ ਨਹੀਂ ਸਮਝ ਆ ਰਹੀ ਵੀ ਢੱਡਰੀਆਂ ਵਾਲਿਆਂ ਦੀ ਜਿਹੜੀ ਦੀਵਾਨ ਲਾਉਣ ਦੀ ਸਟ੍ਰੈਟਜੀ ਆ, ਜੋ ਵੀਡੀਓ ਕੱਢਦੇ ਜੋ ਕਰ ਰਹੇ ਆ, ਉਹਦੇ ਵਿੱਚੋਂ ਕੱਢਣਾ ਕੀ ਚਾਹੁੰਦੇ ਆ ਉਹ, ਜੇ ਅਜੇ ਵੀ ਤੁਸੀਂ ਇੱਦਾਂ ਉਹ ਸੇਮ ਕਰਕੇ ਦੇਖ ਰਹੇ ਆ ਵੀ ਉਹ ਦੀਵਾਨ ਲਾਉਂਦੇ, ਇਹ ਵੀ ਦੀਵਾਨ ਲਾਉਂਦੇ ਆ, ਇਹ ਧੁੰਦੇ ਹੁਣੀ ਬੋਲਦੇ, ਇਹ ਵੀ ਆ ਗੱਲ ਕਹਿੰਦੇ ਆ ਵੀ ਦਾ ਸੇਮ ਆ ਇਹ, ਤੇ ਫਿਰ ਸਾਡਾ ਆਪਣਾ ਕਸੂਰ ਆ, ਸਾਨੂੰ ਇਹ ਪਰਖਣਾ ਚਾਹੀਦਾ, ਆਪਣੇ ਆਪ ਨੂੰ ਲੱਭਣਾ ਚਾਹੀਦਾ ਵੀ ਕੀ ਹੋ ਰਿਹਾ, ਸਮਝ ਕਿਉਂ ਨਹੀਂ ਆ ਰਹੀ, ਹਾਂ ਸਾਨੂੰ ਸਾਨੂੰ ਸਮਝਣਾ ਚਾਹੀਦਾ, ਠੀਕ ਆ ਜੀ। ਆਪ ਕੈਂਸਲ ਕਰਕੇ ਸੋ ਵੀਡੀਓ ਹੋ ਸਕਦਾ ਉਹਨਾਂ ਤੱਕ ਪਹੁੰਚਾ ਦਿਓ, ਉੱਥੇ ਆਪ ਇਹਨਾਂ ਨੇ ਕੈਂਸਲ ਕੀਤਾ, ਤੇ
ਦੂਜੇ ਥਾਂ ਚੋਹਲਾ ਸਾਹਿਬ ਵਾਲਿਆਂ ਵੀ ਕਮੇਟੀ ਜਿਹੜੀ ਉੱਥੇ ਦੀ ਉਹਨਾਂ ਨੇ ਬੜਾ ਪ੍ਰੋਗਰਾਮ ਟੈਂਟ ਵੀ ਲੱਗਣ ਡਿਆ ਸੀਗੇ। ਹੁਣ ਉਹਨਾਂ ਵੀਰਾਂ ਨੇ ਉਦੋਂ ਸਾਡੀ ਗੱਲਬਾਤ ਵੀ ਹੋਈ ਉਹਨਾਂ ਵੀਰਾਂ ਨਾਲ, ਉਹ ਵੀਰ ਕਹਿੰਦੇ ਅਸੀਂ ਤਾਂ ਆਪਣੇ ਪਰਿਵਾਰਾਂ ਦੇ ਵਿੱਚ ਫੁੱਟ ਪਾ ਕੇ ਬਹਿ ਗਏ ਆ, ਬਾਬਾ ਪੈਰ ਜਾ ਕੇ ਦੀਵਾਨ ਕੈਸੇ ਕਰਕੇ ਅੱਧਾ ਟੈਂਟ ਲੱਗ ਗਿਆ ਸੀਗਾ। ਕਹਿੰਦੇ ਲੋਕ ਸਾਨੂੰ ਪਹਿਲਾਂ ਥੋੜਾ ਥੋੜਾ ਟਿੱਚਰਾ ਕਰਨ ਡਿਆ ਪਏ ਸੀ ਵੀ ਇਹਨਾਂ ਨੇ ਦੀਵਾਨ ਅੰਮ੍ਰਿਤਸਰ ਵਾਂਗੂ ਇੱਥੇ ਵੀ ਨੀ ਲਾਉਣਾ। ਤੇ ਉਹ ਕਈ ਵੀਰ ਏਦਾਂ ਦੇ ਜਿਹੜੇ ਸਾਨੂੰ ਜਾਣਦੇ, ਉਹ ਕਹਿੰਦੇ ਅਸੀਂ ਤਾਂ ਸਾਡੇ ਤਾਂ ਪਰਿਵਾਰ ਆ, ਜਦੋਂ ਅਸੀਂ ਘਰੇ ਵੜੇ ਸਾਡੇ ਪਰਿਵਾਰ ਨੀ ਸਿੱਧੇ ਮੂੰਹ ਹੁੰਦੇ। ਉਹ ਕਹਿੰਦੇ ਤੁਸੀਂ ਜਿਹੜੇ ਪਿੱਛੇ ਤੁਰੇ ਫਿਰਦੇ ਅੱਗੇ ਵੀ ਉਹਨੇ ਅੰਮ੍ਰਿਤਸਰ ਕੀਰਤਨ ਕੀਤਾ। ਹੁਣ ਉਹ ਕਹਿੰਦੇ ਉਹ ਆਪ ਵੀਰ ਇਹ ਗੱਲ ਕਹਿੰਦੇ ਨੇ। ਹੁਣ ਜਾਣੀ ਜਿਹੜੇ ਬੰਦੇ ਢੱਡੀਆਂ ਵਾਲਿਆਂ ਦੀ ਸਪੋਰਟ ਕਰ ਰਹੇ ਆ, ਉਹ ਬੰਦੇ ਇਹਨਾਂ ਨੂੰ ਕਾਹਤੇ ਦੱਸਣ ਲੱਗੇ ਆ, ਠੀਕ ਹੈ, ਨਾਲ ਇਹਨਾਂ ਨੂੰ ਕਿਉਂ ਫਿਕਰ ਪਈ ਹੈ, ਇਹਨਾਂ ਨੂੰ ਕਿਉਂ ਫਿਕਰ, ਜਾਣੀ ਧੀਰੇ ਨੂੰ ਕਿਉਂ ਦੱਸਣ ਲੱਗੇ ਆ, ਕਿਤੇ ਇੱਦਾਂ ਤਾਂ ਨੀ ਵੀ ਉਹ ਬੰਦੇ ਦੋ ਚਾਰ ਹੁਣੇ ਹੀ ਜਿਹੜੇ, ਕਿਉਂਕਿ ਇਹਨਾਂ ਦਾ ਸਾਰਾ ਜ਼ੋਰ ਜਿਹੜਾ ਲੱਗਾ ਹੈ ਨਾ ਉਹ ਇਹ ਲੱਗਾ ਆ ਵੀ ਜੇ ਟਕਸਾਲੀਆਂ ਦੇ ਨਾਲ ਅੱਜ ਜਾਗਰੂਕ ਲਾਣਾ ਜਿਹੜਾ ਪੰਥਪ੍ਰੀਤ ਤੇ ਧੁੰਦੇ ਹੁਣਾਂ ਦਾ ਗਰੁੱਪ ਆ, ਉਹਦਾ ਸਾਰਾ ਜ਼ੋਰ ਆਪਣੇ ਸਪੋਰਟਰਾਂ ਦਾ ਰਾਹੀਂ ਇਹ ਲੱਗਾ ਆ ਵੀ ਜੇ ਟਕਸਾਲੀਆਂ ਦੇ ਨਾਲ ਢੱਡਰੀਆਂ ਵਾਲਿਆਂ ਦੀ ਵਿਰੋਧਤਾ ਹੋ ਰਹੀ ਆ ਨਾ, ਉਹ ਜਿਹੜਾ ਗੈਪ ਆ ਵਧਣਾ ਚਾਹੀਦਾ, ਹਾਂ ਠੀਕ ਆ, ਭਾਈ ਜਿੱਥੇ ਕਿਤੇ ਵੀ ਈਵਨ ਟਕਸਾਲੀ ਵੀ ਇਹ ਖੇਡ ਖੇਡ ਰਹੇ ਆ ਭਾਈ ਜਿੱਥੇ ਵੀ ਕਿਤੇ ਨਾ ਇੱਦਾਂ, ਜਦੋਂ ਹੁਣ ਸੈਨ ਹੋਜ਼ੇ ਪਿਛਲੇ ਸਾਲ ਦੀਵਾਨ ਸੀਗਾ ਜੀ, ਉੱਥੇ ਬੰਦੇ ਗਏ ਆ, ਠੀਕ ਆ, ਜਿਹੜੇ ਟਕਸਾਲੀ ਤਖ਼ਤੀਆਂ ਫੜ ਕੇ ਖੜੇ ਸੀ ਹਨਾ, ਤੇ ਭਾਈ ਸਾਹਿਬ ਨੇ ਉੱਥੇ ਸਟੇਜ ਤੋਂ ਬੋਲਿਆ ਕਹਿੰਦੇ ਇੱਧਰ ਨੂੰ ਕਰ ਦਿਓ, ਮੈਂ ਪੜ੍ਹ ਕੇ ਸੁਣਾ ਦਿੰਦਾ ਹਨਾ, ਉਹ ਵੀਡੀਓ ਲਾ ਕੇ ਦੇਖਿਓ ਪੁਰਾਣੀ ਜਿਹੜੀ ਆ, ਉਸ ਵੇਲੇ ਦੀਆਂ ਕੁਛ ਵੀਡੀਓ ਛੋਟੇ ਛੋਟੇ ਕਲਿੱਪ ਘੁੰਮੇ ਆ, ਉਹ ਚ ਇੱਕ ਬੰਦੇ ਨੇ ਥੱਪੜ ਮਾਰ ਦਿੱਤਾ ਤਾਂ ਲੜਾਈ ਹੋ ਗਈ ਜੀ, ਠੀਕ ਆ, ਉਹ ਜਿਹਨਾਂ ਨੇ ਲੜਾਈ ਸ਼ੁਰੂ ਕੀਤੀ ਆ ਉਹ ਬਰਾਜ ਸਪੋਕਨ ਹੁਣਾਂ ਦਾ ਬੰਦਾ ਆ, ਠੀਕ ਹੈ ਜੀ, ਗੋਲਡੀ ਹੁਣਾਂ ਦਾ ਬੰਦਾ ਆ, ਠੀਕ ਹੈ, ਉਸ ਦੀਵਾਨ ਵਿੱਚ ਉੱਥੋਂ ਤੋਂ ਪਹਿਲਾਂ ਸ਼ਾਇਦ ਜੱਗੀ ਟੁੱਟ ਦੇ ਘਰ ਢੱਡੀਆਂ ਵਾਲਿਆਂ ਦੀ ਮੀਟਿੰਗ ਹੋਈ ਸੀ ਜੀ, ਇਹਨਾਂ ਦੀ ਹੋਈ ਸੀ ਹਾਂਜੀ, ਠੀਕ ਆ, ਤੇ ਇਹ ਬੰਦੇ ਸਪੋਰਟ ਦੇ ਉੱਤੇ ਗਏ ਸੀ ਗੋਲਡੀ ਹੁਣੀ ਸਾਰੇ ਜੱਗੀ ਟੁੱਟ ਹੋਣੀ, ਠੀਕ ਆ, ਇਹਨੇ ਗਿਆ ਨੇ ਇਹਨਾਂ ਦਾ ਬੰਦਾ ਸੀਗਾ, ਉਹਨ ਬੰਦੇ ਨੇ ਜਾਣੀ ਉੱਥੇ ਗੱਲ ਹੋਈ ਮਾੜਾ ਮੋਟਾ ਕੋ ਬੋਲਿਆ ਉਹਨੂੰ ਜਾ ਕੇ ਉਹਦੇ ਚਪੇੜ ਮਾਰ ਕੇ ਪੱਗ ਲਾਤੀ, ਠੀਕ ਆ, ਹੁਣ ਜਾਣੀ ਇਹਨਾਂ ਦਾ ਮਕਸਦ ਕੀ ਆ ਵੀ ਇਹ ਲੜਾਈ ਠੰਡੀ ਨਾ ਪੈ ਜਾਏ ਕਿਤੇ, ਉਹਨੂੰ ਟਾਈਮ ਟੂ ਟਾਈਮ, ਹੁਣ ਉਹ ਜਿਹੜਾ ਚੋਲੇ ਸਾਹਿਬ ਦਾ ਦੀਵਾਨ ਜਿਹਦੀ ਇਹ ਗੱਲ ਕਰਦਾ ਉਹਦੇ ਵਿੱਚ ਵੀ ਇਹ ਗਰੰਟੀ ਆ ਵੀ ਧੁੰਦੇ ਹੁਣੀ ਬੰਦੇ ਜਿਹੜੇ ਆਪਣੇ ਜਿਹੜੇ ਇਹਨਾਂ ਦੇ ਬੰਦੇ ਆ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਹੋਣੀ ਵੀ ਤੁਸੀਂ ਸਪੋਰਟ ਕਰੋ ਜਾ, ਨਾਲੇ ਤਾਂ ਵਿੱਚ ਵੜੋ, ਪਤਾ ਲੱਗੇ ਨਾਲੇ ਤਾਂ ਖਬਰ ਮਿਲਦੀ ਰਹੇ, ਨਾਲੇ ਕਿਸੇ ਇੱਦਾਂ ਠੰਡਾ ਨਾ ਪੈ ਜਾਏ ਮਸਲਾ, ਨਹੀਂ ਤਾਂ ਢੱਡਰੀਆਂ ਵਾਲਿਆਂ ਦੀ ਸਪੋਰਟ ਕਰਨ ਵਾਲਾ ਬੰਦਾ, ਇੱਕ ਇੱਕ ਸੋਚੋ ਸਰੋਤਿਆਂ ਨੂੰ ਬੇਨਤੀ ਆ ਵੀ ਮੰਨ ਲਓ ਕਿਤੇ ਦੀਵਾਨ ਰੱਖ ਦਿੱਤਾ, ਠੀਕ ਹੈ, ਦੀਵਾਨ ਰੱਖ, ਪਹਿਲੀ ਗੱਲ ਤਾਂ ਉਹ ਬੰਦੇ ਜਿਹੜੇ ਆ ਨਾ ਜਿਹੜੇ ਇਹ ਗੱਲ ਕਹਿੰਦੇ ਆ, ਮੈਂ ਕਹਿੰਦਾ ਵੀ ਉਹਨਾਂ ਨੂੰ ਦੀਵਾਨ ਲੈਣਾ ਹੀ ਨਹੀਂ ਚਾਹੀਦਾ, ਹੁਣ ਗਾਹਾਂ ਤੋਂ ਤਾਂ ਬੰਦ ਕਰ ਦੇਣ ਨਾ ਉਹ, ਇੱਦਾਂ ਨੀ ਦੀਵਾਨ ਢੱਡਰੀਆਂ ਦਾ ਮੈਨੂੰ ਲੱਗਦਾ ਮਿਲ ਜਾਂਦਾ ਵੀ ਬੰਦਾ ਕੋਈ ਕਹੇ ਫੋਨ ਕੀਤਾ ਤਾਂ ਉਹਨੇ ਦੀਵਾਨ ਬੁੱਕ ਕਰ ਦਿੱਤਾ, ਦਸ ਗੇੜੀਆਂ ਮਾਰਨੀਆਂ ਪੈਣੀਆਂ, ਅਸੀਂ ਲੱਗੇ ਸਾਡੇ ਬੰਦੇ ਲੱਗੇ ਸੀ ਕਰਾਉਣ, ਉਹ ਕਹਿੰਦੇ ਜੀ ਚਾਰ ਵਾਰੀ ਜਾ ਕੇ ਆਏ ਹਾਂ ਅਸੀਂ, ਅਜੇ ਤੇ ਕੋਈ ਸਾਨੂੰ ਇੱਦਾਂ ਉਹਨੇ ਟਾਈਮ ਨੀ ਦਿੱਤਾ ਜੀ, ਸਾਡੇ ਪਿੰਡ ਵੀ ਇੱਦਾਂ ਹੀ ਹੋਇਆ ਸੀ, ਕਈ ਚੱਕਰ ਲਾ ਕੇ ਮਿਲਿਆ ਸੀਗਾ ਵੀ, ਹਾਂ ਨਹੀਂ ਮੈਂ ਕਹਿੰਦਾ ਉਹ ਬੰਦਿਆਂ ਨੂੰ ਜਿਹਨਾਂ ਨੂੰ ਹੁਣ ਤੇ ਨਹੀਂ ਸਮਝ ਆਈ ਨਾ ਇਸ ਗੱਲ ਦੀ ਵੀ ਸਿਕਿਉਰਿਟੀ ਦੀ ਲੋੜ ਆ, ਉਹ ਟਕਸਾਲੀ ਵਿਰੋਧ ਕਰਦੇ ਆ, ਉਹ ਦੀਵਾਨ ਲੈਣਾ ਹੀ ਨਾ ਉਹ, ਠੀਕ ਹੈ, ਔਰ ਇਹ ਵੀ ਨਹੀਂ ਹੋ ਸਕਦਾ ਵੀ ਦੀਵਾਨ ਦੇਣ ਲੱਗੇ ਇਹ ਸ਼ਰਤਾਂ ਆਪਣੀਆਂ ਨਾ ਲਾਉਂਦੇ ਹੁਣ ਭਾਈ ਸਾਹਿਬ ਹੁਣੀ ਪੈਦਾ ਤਾਂ ਹੋਣੀ ਆ, ਠੀਕ ਆ, ਚਲੋ ਮੰਨ ਲਓ ਸਾਰਾ ਕੁਛ ਹੋ ਗਿਆ ਜੀ, ਤੈਅ ਹੋ ਗਿਆ, ਹੁਣ ਟੈਂਟ ਲੱਗ ਗਿਆ, ਠੀਕ ਆ, ਮੰਨ ਲਓ 2 ਲੱਖ ਖਰਚਾ ਹੋ ਗਿਆ ਉੱਥੇ ਜੀ, ਪੋਸਟਰ ਲੱਗੇ ਸੀ, ਅੱਧਾ ਸਮਾਨ ਲੱਗ ਗਿਆ, ਹਨਾ 2 ਲੱਖ ਖਰਚਾ ਹੋ ਗਿਆ, ਉਸ ਵੇਲੇ ਫੈਸਲਾ ਹੋ ਗਿਆ, ਪਤਾ ਲੱਗ ਗਿਆ ਵੀ ਭਾਈ ਉਹਨਾਂ ਨੇ ਆ ਕੇ ਖਰਾਬੀ ਕਰਨੀ ਆ, ਠੀਕ ਆ, ਖਰਾਬੀ ਕਰਨਗੇ ਲੋੜ ਤੋਂ ਵੱਧ, ਠੀਕ ਆ,
ਹੋ ਸਕਦਾ ਇੱਥੇ ਭਗਦੜ ਮਚਿਆ ਹਨਾ। ਉਦੋਂ ਉੱਥੇ ਬਰਗਾੜੀ ਵਾਲੇ ਮੋਰਚੇ ਦੀ ਤਰ੍ਹਾਂ ਪੰਥਪ੍ਰੀਤ ਉਹਨਾਂ ਦੇ ਵੇਲੇ ਦੋ ਬੰਦੇ ਮਰਾ ਕੇ ਇਹ ਰਾਮਨਾ ਠੰਡੇ ਹੋ ਕੇ ਉੱਠ ਖੜੇ। ਹੁਣ ਸਰੋਤੇ ਦੱਸਣ ਵੀ ਜਦੋਂ ਇਹ ਪਤਾ ਲੱਗ ਗਿਆ ਆ ਵੀ 2 ਲੱਖ ਖਰਚਾ ਹੋ ਗਿਆ ਆ ਪਰ ਹੁਣ ਮੋਹਰੇ ਝਗੜਾ ਹੋਣ ਦਾ ਖਤਰਾ ਆ, ਹੁਣ ਉੱਥੇ ਜਿਹੜਾ 2-4 ਬੰਦਿਆਂ ਦੇ ਮਰਨ ਦੀ ਸੰਭਾਵਨਾ, ਫੱਟੜ ਹੋਣ ਦੀ ਸੰਭਾਵਨਾ ਆ, ਉਹ ਖਤਰਾ ਮੁੱਲ ਲੈਣਾ ਚਾਹੀਦਾ ਜਾਂ ਜਿਹੜਾ 2 ਲੱਖ ਲੱਗਾ ਆ ਉਹਨੂੰ ਖੂਹ ਸਿੱਟਣ ਦਾ ਫੈਸਲਾ ਲੈਣਾ ਚਾਹੀਦਾ। 2 ਲੱਖ ਦੀ ਅਹਿਮੀਅਤ ਨਹੀਂ ਨਾ, ਜ਼ਰੂਰੀ ਤੇ ਆ ਨਾ ਵੀ ਜਿਹੜੇ ਬੰਦੇ ਆ ਉਹ ਸੇਫ ਹੋਣੇ ਚਾਹੀਦੇ ਆ ਜਿੱਦਣ। ਹਾਂ ਬਿਲਕੁਲ, ਜਿਹੜੇ ਜਿਹੜੇ ਉਹ ਜਿਹੜੇ ਇਹ 5 ਗ੍ਰਾਈ ਵਾਲੇ ਆ ਮੁੰਡੇ ਉਹ ਫੜ ਹੋਏ ਸੀ, ਹੁਣ ਸਰਕਾਰ ਤੋਂ 15-15 ਲੱਖ ਮੁਆਵਜ਼ਾ ਦਵਾਇਆ ਨੀ ਸਿਰਫ ਫੜ ਹੋਇਆਂ ਬਾਰੇ, ਜੇ ਮਰ ਗਏ ਹੁਣ ਤਾਂ ਉਹਨਾਂ ਲਈ ਕਿੰਨਾ ਕਿੰਨਾ ਚਾਹੀਦਾ। ਜੇ ਉੱਥੇ 2 ਬੰਦੇ ਮਰ ਜਾਣ, ਮੰਨ ਲਓ ਧੀਏ ਨੂੰ ਪੁੱਛੇ ਵੀ ਤੂੰ ਉੱਥੇ ਗਿਆ ਹੋਵੇਂ, ਉੱਥੇ ਰੌਲਾ ਪੈ ਜਾਏ, ਠੀਕ ਆ, ਤੇਰੇ ਟੱਬਰ ਦਾ ਕੋਈ ਬੰਦਾ, ਤੇਰੀ ਵਾਈਫ, ਤੇਰਾ ਬੱਚਾ, ਉਹਦੇ ਗੋਲੀ ਲੱਗ ਜਾਏ, ਤੁਸੀਂ ਕੀ ਕਹੋਗੇ ਵੀ ਢੱਡਣ ਵਾਲੇ ਨੇ ਬਹੁਤ ਵਧੀਆ ਫੈਸਲਾ ਲਿਆ ਉਸ ਵੇਲੇ ਇਹਨਾਂ ਨੇ ਸਾਰਿਆਂ ਨੂੰ। ਉਦੋਂ ਜੇ ਕਹੇ ਅਗਲਾ ਕਹੇ ਵੀ ਭਾਈ ਕੀ ਕਰਦੇ, 2 ਲੱਖ ਲੱਗ ਗਿਆ ਸੀ ਉੱਥੇ, ਹੁਣ ਜੇ 5-7 ਬੰਦੇ ਮਰ ਗਏ ਆ, ਜਦੋਂ ਜੋ 2-4 ਦੀਆਂ ਲੱਤਾਂ ਟੁੱਟ ਗਈਆਂ ਤਾਂ ਕੀ ਹੋ ਗਿਆ, ਉਹ 2 ਲੱਖ ਥੋੜਾ ਖਰਾਬ ਹੋਇਆ ਸਾਡਾ, ਉਹ ਤਾਂ ਬਚਾ ਲਿਆ ਨਾ ਆਪਾਂ। ਤੇ ਮੂਰਖੋ ਤੁਹਾਨੂੰ ਕੀ ਪਤਾ, ਤੁਹਾਡੇ ਲਈ ਤਾਂ ਇਹਨਾਂ ਲਈ ਤਾਂ 2 ਲੱਖ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਇੱਦਾਂ ਆ ਨਾ ਵੀ ਯਾਰ ਬਹੁਤ ਵੱਡੀ ਰਕਮ ਹੈ, ਵੱਡਾ ਆ, ਇਹ ਤਾਂ ਬੰਦੇ 1000-1000 ਰੁਪਈਆ ਸਟੇਜ ਤੋਂ ਚੱਕਣੇ ਵਾਲੇ ਆ, ਠੀਕ ਆ। ਹੁਣ ਇਹਨਾਂ ਨੂੰ ਥੋੜੀ ਇਸ ਗੱਲ ਦੀ ਸਮਝ ਆ ਵੀ ਇੱਥੇ ਤਾਂ ਇੱਥੇ ਇਨਕਲਾਬ ਦੀ ਗੱਲ ਹੋ ਰਹੀ ਆ, ਇੱਕ ਐਡੀ ਵੱਡੀ ਧਿਰ ਆ ਜਿਹੜੀ ਧਿਰ ਨੇ ਉਦੋਂ ਸਰਕਾਰ ਦੇ ਟੈਂਕ ਚਾੜਨੇ ਪਏ ਸੀ ਸਰਕਾਰ ਨੂੰ, ਉਹ ਧਿਰ ਆ ਜਿਹਦੇ ਨਾਲ ਢੱਡਣ ਵਾਲੇ ਦਾ ਅੱਡਾ ਲੱਗਾ ਆ, ਉਹਦੇ ਵਿੱਚ ਜੇ ਇਹ ਭਾਈ ਬੰਦਾ ਉਹ ਤੁਰੇ ਉਹ ਖਤਰਾ ਜਿਹੜਾ ਖਤਰਾ ਮੁੱਲ ਲੈ ਸਕਦਾ ਆ ਉਹ ਦੀਵਾਨ ਲੈਣ ਜਾਵੇ, ਨਹੀਂ ਤਾਂ ਨਾ ਜਾਓ ਤੁਸੀਂ। ਅਗਲੇ ਕਹਿੰਦੇ ਆ ਤੁਹਾਨੂੰ, ਉਹਨੇ ਤਾਂ ਕਦੇ ਵੀ ਨਹੀਂ ਕਿਹਾ ਵੀ ਭਾਈ ਦੀਵਾਨ ਨੀ ਬੁੱਕ, ਨਹੀਂ ਹੁੰਦੇ ਨਾ ਸਹੀ, ਰਹਿਣ ਦਿਓ ਤੁਸੀਂ। ਅੱਜ ਜਿਹੜੇ ਆ ਵੀ ਮਿਹਣਾ ਮਾਰਿਆ ਇਹਨਾਂ ਨੇ ਵੀ ਏਦਾਂ ਵੀ ਘਰਾਂ ਚ ਫੁੱਟ ਪੈ ਗਈ ਤੇ ਉਹਨਾਂ ਨੂੰ ਕਿਹਨੂੰ ਸੱਦਿਆ ਸੀ ਢੱਡੀਆਂ ਵਾਲੇ ਨੇ ਵੀ ਤੂੰ ਆ ਤੇ ਆ, ਉਹ ਬੰਦੇ ਹੀ ਨਾ ਦੇ ਆ ਕੋਈ। ਚਲੋ ਸਰੋਤਿਆਂ ਨੂੰ ਬੇਨਤੀ ਆ ਜੀ, ਜੇ ਕੋਈ ਢੱਡਰੀ ਵਾਲਿਆਂ ਦਾ ਸਪੋਰਟਰ ਇਹ ਗੱਲ ਕਹਿੰਦਾ ਆ, ਦੇਖੋ ਉੱਥੇ ਜਸਪ੍ਰੀਤ ਜਿਹੜਾ ਸੀ ਨਾ, ਜਸਪ੍ਰੀਤ ਖਾਲਸਾ ਜਿਨ ਫੋਟੋ ਲਾਈ ਉਹ ਸੀ ਜੀ ਜੀ ਹਾਂ ਢੱਡਰੀਆਂ ਵਾਲਿਆਂ ਦੀ, ਹਾਂਜੀ ਹਾਂਜੀ ਹਨਾ, ਉਧਰ ਮੈਂ ਪੋਸਟ ਪਾਈ ਸੀ, ਹਾਂਜੀ, ਉਹ ਬੰਦਾ ਰੌਲਾ ਪਾਉਣ ਲੱਗ ਪਿਆ ਹਨਾ ਵੀ ਇਹ ਗਲਤ ਕਹਿੰਦੇ ਆ ਸਾਨੂੰ, ਹਾਂਜੀ ਹਨਾ ਜੀ। ਹੁਣ ਨਾ ਆਹ ਹਾਂਜੀ ਕਮੈਂਟ ਆ ਜੀ, ਜਸਪ੍ਰੀਤ ਸਿੰਘ ਇਜ਼ ਉਹਨ ਪੋਸਟ ਪਾਈ ਹੋ ਆ ਵਿਦ ਡੂਮਣਾ ਡੂਮਣਾ ਡੂਮਣਾ, ਕਿਸੇ ਦੀ ਆਈ ਡੀ ਆ, ਠੀਕ ਹੈ, ਡੂਮਣਾ ਡੂਮਣਾ ਡੂਮਣਾ, ਠੀਕ ਹੈ, ਤੇ ਨਾਲ 7 ਅਦਰਸ, ਉਹ ਮੈਨੂੰ ਦਿਸ ਨਹੀਂ ਰਹੇ, ਤੇ ਆਹ ਥੱਲੇ ਉਹਨ ਪੋਸਟ ਪਾਈ ਹੋ ਪਿਆ ਚਵਲ ਕੌਣ ਆ, ਇਹਦਾ ਇੰਜਣ ਕਰੋ ਇਸ ਤਰ੍ਹਾਂ ਕਿ ਆਈ ਡੀ ਬੰਦ ਕਰਕੇ ਭੱਜੇ, ਤੇ ਕਿਸੇ ਦੀ ਥੱਲੇ ਆਈ ਡੀ ਦੀ ਜਣੀ ਉਹਦਾ ਲਿੰਕ ਦਿੱਤਾ ਹੋਇਆ, ਠੀਕ ਆ, ਤੇ ਉਹ ਉਹ ਉਹਦੇ ਥੱਲੇ ਬਘੇਲੇ ਦਾ ਆੜੀ ਤੇ ਬਘੇਲੇ ਹੁਣੀ ਜਿਹੜੇ ਆ ਉਹਨਾਂ ਦੇ ਕਮੈਂਟ ਆ, ਠੀਕ ਹੈ, ਉਹ ਬੰਦਾ ਜਿਹੜਾ ਇਹ ਦਾਅਵਾ ਕਰਦਾ ਸੀ ਵੀ ਮੈਂ ਢੱਡਰੀਆਂ ਵਾਲਿਆਂ ਦਾ ਸਪੋਰਟਰ ਆ, ਠੀਕ ਆ, ਇੱਦਾਂ ਦੇ ਬਹੁਤ ਜਿਹੜੇ ਆ ਦੋਗਲੇ ਬੰਦੇ ਵਿੱਚ ਬੈਠੇ ਆ ਜਿਹੜੇ ਦਿਸ ਨਹੀਂ ਰਹੇ ਔਰ ਸਪਸ਼ਟ ਹੋਣੇ ਚਾਹੀਦੇ ਆ। ਸਾਡੇ ਨਾਲ ਇੱਕ ਸਰੋਤੇ ਆ ਜੀ, ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਭਾਈ ਮੇਰੇ ਕੋਲ 2 ਗੱਲਾਂ ਨੇ, ਮੈਂ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਕੈਰੀਅਰ ਕਰਿਓ। ਇੱਕ ਤਾਂ ਧੰਨਵਾਦ ਤੁਹਾਡਾ, ਮੈਂ ਨਾ ਅੱਜ ਤੱਕ ਨਾ ਸਾਗ ਦੇ ਨਾਲ ਦਹੀਂ ਖਾਂਦਾ ਰਿਹਾ, ਮੈਨੂੰ ਬਥੇਰੇ ਡੈਡੀ ਵੀ ਕਹਿੰਦੇ ਰਹੇ ਨੇ ਵੀ ਆ ਕੀ ਯਾਰ ਸਾਗ ਨਾਲ ਦਹੀਂ ਕੌਣ ਖਾਂਦਾ ਹੁੰਦਾ, ਮੈਂ ਮੇਰਾ ਜਵਾਬ ਮੈਨੂੰ ਸਵਾਲ ਲੱਗਦਾ ਨਾ, ਉਹ ਮੈਂ ਵੀ ਖਾ ਲੈਣਾ ਪਾਲਕ ਵਿੱਚ ਪਨੀਰ, ਪਾਲਕ ਵਿੱਚ ਪਨੀਰ ਪਾ ਲਈਦਾ,
ਕਾਰਨ ਇਹ ਸੀ ਨਾ ਕਿਉਂਕਿ ਉਦੋਂ ਹੁਣ ਪੁਰਾਣੇ ਸਮਿਆਂ ਚ ਜਿਹੜੇ ਵੈਦ ਜੋ ਵੀ ਆ ਜਿਹੜੇ ਤੱਤ ਆ ਨਾ ਸਾਨੂੰ ਸਰੀਰ ਦੇ, ਹੁਣ ਤੁਸੀਂ ਨਾ ਹੈਰਾਨ ਰਹਿ ਜਾਓਗੇ ਜੇ ਤੁਸੀਂ ਦੇਖੋ ਭੀ ਗੁੜ ਮੂਲੀ ਠੀਕ ਆ ਗਾਜਰ ਜਿਹੜੀਆਂ ਚੀਜ਼ਾਂ ਨੂੰ ਉਦਾਂ ਅਸੀਂ ਰਿਜੈਕਟ ਕਰਦੇ ਆ ਉਹਨਾਂ ਚੋਂ ਨੈਚੁਰਲੀ ਬਹੁਤ ਸਾਰੇ ਤੱਤ ਆ ਜਿਹੜੇ ਸਰੀਰ ਲਈ ਮਿਲਦੇ ਆ। ਧਨੀਆ ਆ ਮਸਾਲੇ ਆ ਹਲਦੀ, ਅੱਜ ਹਲਦੀ ਦੀਆਂ ਇੰਨੀਆਂ ਕੁ ਹੈਲਥ ਦੀਆਂ ਪ੍ਰੋਡਕਟ ਬਣ ਰਹੀਆਂ ਆ ਅਸੀਂ ਨੈਚੁਰਲੀ ਖਾਣੇ ਵਿਚ ਪਾਉਂਦੇ ਆ। ਦੂਜੀ ਗੱਲ ਮੈਂ ਧੰਨਵਾਦ ਦੱਸਣ ਲਈ ਜੀ, ਤੇ ਦੂਜੀ ਗੱਲ ਇਹ ਹੈ ਕਿ ਮੈਂ ਨਾ ਕੱਲ ਪਰਸੋਂ ਹਾਲੇ ਮੂਵੀ ਦੇਖੀ ਆ ਇੱਕ ਮਿਰਚ, ਹਿੰਦੀ ਮੂਵੀ ਆ। ਹਾਂਜੀ ਮਿਰਚ ਥੋੜਾ ਟਾਈਮ ਲੱਗਿਆ ਤੁਸੀਂ ਵੀ ਦੇਖਿਓ, ਉਹਦੇ ਵਿੱਚ ਨਾ ਇੱਕ ਔਰਤ ਨੇ ਚਾਰ ਕਰੈਕਟਰ ਦਿਖਾਏ ਹੋਏ ਨੇ, ਚਾਰ ਅੰਡਰ ਸਟੋਰੀਆਂ ਨੇ, ਜੇ ਤੁਸੀਂ ਦੇਖੋਗੇ ਨਾ ਚਾਰ ਜਿਹੜੇ ਤੁਸੀਂ ਹੁਣ ਤੱਕ ਆਪਣੇ ਦਸਮ ਗ੍ਰੰਥ ਦੇ ਕਰੈਕਟਰ ਆਪਣੇ ਤੁਸੀਂ ਚਰਿੱਤਰ ਪੇਸ਼ ਕੀਤੇ ਨੇ ਬਿਲਕੁਲ ਉਹੀ ਨੇ। ਇਹਨਾਂ ਨੂੰ ਸਾਨੂੰ ਏਦਾਂ ਉਹ ਏਦਾਂ ਜਜ਼ਬਾਤੀ ਜਿੱਦਾਂ ਨਾ ਨਿਆਣੇ ਨੂੰ ਨੀ ਸਮਝਦੇ ਘਰ ਚ ਅਸੀਂ, ਜੇ ਕੋਈ ਚੀਜ਼ ਹੋਵੇ ਬੱਚੇ ਨੇ ਰੱਖੀ ਹੋ ਤੇ ਘਰਦਿਆਂ ਨੂੰ ਪਤਾ ਹੋਵੇ ਉਹ ਜਿੱਦੀ ਆ ਉਹ ਹਨਾ ਤੇ ਮਤਲਬ ਸੌਕ ਫੁੱਟ ਵਾਲ ਆ ਸੌਕਰ ਬਾਲ ਆ ਕੋਈ ਬਾਲ ਆ ਉਹ ਸਿਟਿੰਗ ਰੂਮ ਦੇ ਅੰਦਰ ਆ ਗਿਆ, ਹੁਣ ਸਾਰਿਆਂ ਨੂੰ ਪਤਾ ਵੀ ਤਾਂ ਯਾਰਡ ਬਾਹਰ ਚਾਹੀਦਾ ਇਹ ਤਾਂ ਅੰਦਰ ਕਾਹਦੇ ਪਿਆ, ਪਰ ਘਰਦਿਆਂ ਨੂੰ ਪਤਾ ਆ ਵੀ ਜਿਹੜੇ ਨਿਆਣੇ ਨੇ ਲਿਆ ਕੇ ਰੱਖਿਆ ਆ ਉਹ ਜਿੱਦੀ ਆ ਲੜਾਕਾ ਆ ਉਹ ਇਦਾਂ ਰੁੱਸ ਜਾਂਦਾ ਉਹ ਕਹਿੰਦੇ ਕੋਈ ਗੱਲ ਨੀ ਯਾਰ ਫਿਰ ਰਹਿਣ ਦਿਓ ਠੀਕ ਆ, ਉਹ ਸਾਡੇ ਨਾਲ ਇੱਦਾਂ ਟ੍ਰੀਟ ਕਰ ਰਹੇ ਆ ਸਟੇਟ, ਸਾਨੂੰ ਇੱਦਾਂ ਸਮਝ ਰਹੀ ਵੀ ਲੜ ਪੈਣਾ ਯਾਰ ਹੀ ਨੀ ਐਵੀਂ ਸੜਕਾਂ ਤੇ ਉਤਰੇ ਉਹਨਾਂ ਨੇ ਕਿਰਪਾਨਾਂ ਲੈ ਕੇ ਹਨਾ ਹੋਰ ਕੰਮ ਕਰਨੇ ਵਾਲੇ ਆ ਇਹਨਾਂ ਨੂੰ ਸਾਰੀ ਦੁਨੀਆਂ ਚ ਖ਼ਬਰਾਂ ਜਾਣੀਆਂ ਜੇ ਕੁੱਟਾਂਗੇ ਤਾਂ ਮਰਾਂਗੇ ਅਸੀਂ ਹਨਾ, ਤੇ ਮਾੜੀ ਮਾੜੀ ਗੱਲ ਤੇ ਤਾਂ ਸੜਕਾਂ ਤੇ ਉਤਰੇ ਆਉਂਦੇ, ਰਹਿਣ ਦਿਓ ਛੱਡੋ ਕੋਈ ਗੱਲ ਨੀ ਏਦਾਂ ਕਰ ਰਿਹਾ ਵੀ ਕੰਮ ਦੇ ਬੰਦੇ ਆ ਇੰਨਾ ਮਿਲਟਰੀ ਚ ਇੰਨੇ ਕੰਮ ਆਉਂਦੇ ਆ ਇੱਥੇ ਖੇਤੀ ਕਰੀ ਜਾਂਦੇ ਦੇਖ ਲਓ ਸਾਰਾ ਇੱਦਾਂ ਫਸਲਾਂ ਅਸੀਂ ਚੱਕ ਕੇ ਫਿਰ ਕਣਕ ਬੀਜਦੇ ਅਸੀਂ ਮਰਜ਼ੀ ਨਾਲ ਚੱਕ ਲਈ ਦੀ ਇੱਥੋਂ ਘੁਮਾਦੀ ਬੀਜੀ ਜਾਂਦੇ ਆ ਮਰਜ਼ੀ ਦਾ ਭਾਅ ਦੇਈਦਾ ਹਨਾ ਤੇ ਇੰਨੇ ਸੋਹਣੇ ਕੰਮ ਹੀ ਮਿਲੇ ਉਹ ਰਹਿਣ ਦਿਓ ਕੋਈ ਗੱਲ ਨੀ ਤਾਂ ਨਾ ਸਹੀ ਹਨਾ ਜਿੱਦਣ ਹਾਂ ਠੀਕ ਆ ਜਿੱਦਣ ਨਾ ਉਹਨਾਂ ਦੇ ਗੇੜ ਚ ਉਹਨੀ ਠਾਣ ਲਿਆ ਸਾਡੇ ਕੋਲ ਤਾਂ ਇੰਨਾ ਕੁਛ ਆ ਜਿਹਦੇ ਉੱਤੇ ਫਿਲਮਾਂ ਬਣਾ ਬਣਾ ਕੇ ਉਹਨੇ ਬੁਰਾ ਹਾਲ ਕਰ ਦੇਣਾ ਸਾਡਾ ਸਹੀ ਹੈ ਠੀਕ ਆ ਔਰ ਹੁਣੀ ਵੀ ਇੱਦਾਂ ਆ ਵੀ ਉਹਨੇ ਕਿਰਦਾਰ ਵੀ ਇੱਦਾਂ ਦੇ ਖੜੇ ਕਰਨੇ ਆ ਸਟੋਰੀਆਂ ਵੀ ਇੱਦਾਂ ਦੀਆਂ ਹੋਣੀਆਂ ਜੇ ਚ ਨਾ ਤਾਂ ਅਸੀਂ ਗਲਤ ਕਹਿਣ ਜੋਗੇ ਹੋਣਾ ਠੀਕ ਆ ਕਿਉਂਕਿ ਹੁਣੀਆਂ ਅਸੀਂ ਮੰਨਦੇ ਹਾਂ ਉਹਨਾਂ ਨੂੰ ਅਸਲੀ ਆ ਨਾ ਗਲਤ ਕਹਿਣ ਜੋਗੀਆਂ ਹੋਣਾ ਕੁਝ ਜੋਗੇ ਹੋਣਾ ਤੇ ਦੂਜੀ ਗੱਲ ਜਦੋਂ ਉਹ ਦੁਨੀਆਂ ਨੇ ਦੇਖਣਾ ਤੇ ਸਾਡੀ ਬੇਇੱਜ਼ਤੀ ਹੋਣੀ ਆ ਜਿੱਦਾਂ ਹੁਣ ਇਗਜ਼ਾਮਪਲ ਹੈ ਬਲਜਿੰਦਰ ਭਾਜੀ ਵੀ ਅੰਦਰ ਗੱਲ ਕਰਦੇ ਸੀ ਸਟੇਜ ਦੇ ਉੱਪਰ ਵੀ ਜਿੱਦਾਂ ਹੁਣ ਕਿੱਕਰ ਤੋਂ ਮਠਿਆਈਆਂ ਝਾੜਨ ਦੀ ਗੱਲ ਹੈ ਜਿਹੜੀ ਉਹਦੇ ਤੇ ਮੰਨ ਲਓ ਕੋਈ ਕਿਰਦਾਰ ਨਾ ਇੱਦਾਂ ਦਿਖਾਏ ਵੀ ਇੱਕ ਜਰਨਲੀ ਮਤਲਬ ਇੱਕ ਇੱਦਾਂ ਦੀ ਚੀਜ਼ ਬਣਾ ਕੇ ਦੇ ਵੀ ਇੰਗਲਿਸ਼ ਮਤਲਬ ਜਿੰਨੀਆਂ ਭਾਸ਼ਾਵਾਂ ਦੁਨੀਆਂ ਦੇ ਵਿੱਚ ਹੈਗੀਆਂ ਸਾਰੀਆਂ ਚ ਡਬਿੰਗ ਕਰਕੇ ਉਹਨਾਂ ਨੂੰ ਪੇਸ਼ ਕੀਤਾ ਜਾਏ ਵੀ ਇੱਦਾਂ ਵੀ ਸਾਡੇ ਗੁਰੂ ਸਾਹਿਬਾਨ ਨੇ ਵੀ ਉਹਨਾਂ ਨੂੰ ਕਿਹਾ ਵੀ ਇੱਦਾਂ ਬਈ ਸੰਗਤ ਆਈ ਹੈ ਭੁੱਖ ਲੱਗੀ ਹੈ ਉਹਨਾਂ ਨੂੰ ਤੇ ਲੰਗਰ ਮਸਤਾਨਾ ਹੋਇਆ ਤੇ ਫਿਰ ਜਦੋਂ ਸਾਰਿਆਂ ਨੂੰ ਕਿਹਾ ਵੀ ਭਾਈ ਉਹ ਕਿੱਕਰ ਤੋਂ ਮਠਿਆਈ ਲਓ ਕਹਿੰਦੇ ਸਾਰੇ ਮੁੱਕਰ ਗਏ ਤੇ ਭਾਈ ਲਹਿਣਾ ਜੀ ਨੂੰ ਕਹਿ ਦਿਆ ਉਹਨਾਂ ਨੇ ਹਿਲਾਈ ਕਿੱਕਰ
ਤੇ ਉੱਥੋਂ ਮਠਿਆਈਆਂ ਝੜੀਆਂ ਤੇ ਉਹ ਸਾਰੀ ਦੁਨੀਆਂ ਚ ਜਾਏ ਵੀਡੀਓ, ਤੇ ਕਿੰਨਾ ਕੁ ਸਤਿਕਾਰ ਕਰਨਗੇ ਲੋਕੀ ਮਤਲਬ। ਵੱਡੀ ਗੱਲ ਉਦੋਂ ਹੋਣੀ ਆ ਜੇ ਉਹਨੇ ਵਿੱਚ ਇਹ ਐਡ ਕਰ ਦਿੱਤਾ ਵੀ ਉਹਨਾਂ ਦਾ ਇੱਕ ਪੁੱਤਰ ਸੀ ਉਹਨੂੰ ਕਿਹਾ, ਉਹ ਕਹਿੰਦਾ ਵੀ ਨਹੀਂ ਕਿੱਕਰ ਨੂੰ ਮਠਿਆਈ ਨੀ ਲੱਗ ਸਕਦੀ ਹਨਾ, ਤੇ ਇੱਕ ਸਿੱਖ ਸੀਗਾ ਉਹਨੂੰ ਕਿਹਾ ਤੇ ਉਹਨੂੰ ਝਾੜਿਆ ਤੇ ਮਠਿਆਈ ਲੱਥੀ ਦਿਖਾਈ, ਜਿਹਨੇ ਮਠਿਆਈ ਲਾਈ ਕਿੱਕਰ ਤੋਂ ਉਹਨੂੰ ਗੱਦੀ ਦੇ ਦਿੱਤੀ ਫਿਰ ਇਹਨਾਂ ਨੇ ਗੁਰੂ ਸਾਹਿਬ। ਜਿਹੜਾ ਸਿਆਣਾ ਬੰਦਾ ਸੀ ਹੁਣ ਦੇਖੋ ਬਾਹਮਣ ਸ਼ੈਤਾਨ ਕਿੰਨਾ ਹੈ, ਕਹਾਣੀ ਘਣ ਲੱਗੇ ਨੇ, ਸਾਰੀ ਖੇਹ ਜਿਹੜੀ ਆ ਨਾ ਸਾਡੇ ਸਿਰ ਚ ਪਾ ਦਿੱਤੀ। ਸ਼੍ਰੀ ਚੰਦ ਜਿਹੜਾ ਬਾਗੀ ਆ ਉਹਨੂੰ ਸਿਆਣਾ ਸਾਬਤ ਕਰ ਦਿੱਤਾ, ਉਹ ਕਹਿੰਦਾ ਵੀ ਨਹੀਂ ਲੱਗਦੀ, ਉਹ ਕਹਿੰਦਾ ਨਹੀਂ ਲੱਗਦੀ ਬਾਪੂ ਕਿੱਕਰ ਨੂੰ ਮਠਿਆਈ ਨੀ ਲੱਗਦੀ। ਠੀਕ ਆ, ਹੁਣ ਲੈਣੇ ਜਾਣੀ ਜਦੋਂ ਨਾ ਸਾਰੀ ਮਿਹਨਤ ਕਰਕੇ ਐਨ 240 ਸਾਲ ਲੰਘ ਕੇ ਫਿਰ ਜਦੋਂ ਦਾਦੂ ਦੀ ਕਬਰ ਦੇ ਉੱਤੇ ਦਸਵੇਂ ਪਾਤਸ਼ਾਹ ਨੇ ਤੀਰ ਨਾਲ ਸਲਾਮ ਕੀਤੀ ਤਾਂ ਦਾਇਆ ਸਿੰਘ ਕਹਿੰਦੇ ਹੱਦ ਹੋ ਗਈ ਆ, ਸਾਨੂੰ ਕੀ ਸਿਖਾਈ ਜਾਂਦੇ ਆ ਕੀ ਕੀਤਾ ਹਨਾ। ਹੁਣ ਇਹ ਗੱਲ ਭਾਈ ਲੈਣਾ ਜੀ ਨੂੰ ਕਹਿਣੀ ਚਾਹੀਦੀ ਸੀ, ਸ਼੍ਰੀ ਚੰਦ ਤਰਲੋ ਮੱਛੀ ਹੁੰਦਾ ਠੀਕ ਆ, ਤੇ ਉਹ ਕਰਦਾ ਵੀ ਨਹੀਂ ਮੈਂ ਲਾਊਂਗਾ ਮੈਂ ਝਾੜੂਗਾ ਮਠਿਆਈ, ਮੈਂ ਦੇਖਿਓ ਤੁਸੀਂ ਕਿੰਨੀ ਸੋਹਣਾ ਪਿਤਾ ਜੀ ਨੇ ਕਿਹਾ ਆਪਾਂ ਹਨਾ, ਤੇ ਉਹ ਅਗਲੇ ਭਾਈ ਲੈਣਾ ਜੀ ਰੋਕ ਦਿੰਦੇ ਨਾ ਨਾ ਦੇਖੋ ਪਾਤਸ਼ਾਹ ਆਹ ਕੰਮ ਨਾ ਕਰੋ, ਪਰਖ ਕਰਨੀ ਆ ਤੁਸੀਂ ਜੋ ਮਰਜ਼ੀ ਕਰੋ, ਪਤਾ ਹੈ ਤੁਹਾਨੂੰ ਕਿੱਦਾਂ ਦਾ ਲਗੋਟ ਲਾ ਕੇ ਫਿਰਦਾ, ਉਹਦੇ ਚ ਹਲੂਣਾ ਦੇਣਾ ਕੱਖ ਨੀ ਹੋਣਾ, ਇਹ ਸਾਡੇ ਲਈ ਠੀਕ ਨਹੀਂ ਹੈ ਹਨਾ। ਫੇ ਉਹ ਫੇ ਹੁੰਦਾ ਪੇ ਹਾਂ ਵੇ ਇੱਥੋਂ ਕਰਦਾਰ ਘੜਿਆ ਗਿਆ, ਇਹ ਭਾਈ ਲੈਣਾ ਜੀ ਨੂੰ ਗੱਦੀ ਦਿੱਤੀ ਹੈ, ਅੱਜ ਕੀ ਹੋਇਆ ਜਾਣੀ ਬਿਲਕੁਲ ਉਲਟ ਕਰਤੀ, ਉਲਟ ਉਲਟ ਕਰਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤਰਕ ਵਾਲਾ ਬੰਦਾ ਆ ਨਾ, ਜਿਹੜਾ ਦਿਮਾਗ ਰੱਖਣ ਵਾਲਾ ਆ, ਉਹ ਕਹੂਗਾ ਅੱਛਾ ਇਹਦਾ ਮਤਲਬ ਸ਼੍ਰੀ ਚੰਦ ਨੂੰ ਪੇਸ਼ ਇੱਦਾਂ ਕਰ ਦਿੱਤਾ ਗਿਆ, ਉਹ ਸਹੀ ਸਾਜਿਸ਼ ਹੋਈ ਆ ਕੋਈ, ਸ਼੍ਰੀ ਚੰਦ ਸਹੀ ਠੀਕ, ਗੁਰੂ ਨਾਨਕ ਪਾਤਸ਼ਾਹ ਨਾਲ ਧੱਕਾ ਹੋਇਆ, ਉਹਨਾਂ ਦੇ ਟੱਬਰ ਨਾਲ ਸਾਜਿਸ਼ ਹੋਈ ਆ, ਬਾਹਰੋਂ ਕੋ ਆਇਆ ਆ, ਸਾਜਿਸ਼ ਕਰਕੇ ਕਬਜ਼ਾ ਕਰਕੇ ਬਹਿ ਗਿਆ, ਤੇ ਬੰਦਾ ਸਿਆਣਾ ਸੀ ਉਹ ਬਿਲਕੁਲ। ਨਾਲੇ ਇੱਕ ਗੱਲ ਹੋਰ ਜਿਹੜੀ ਸਵੇਰੇ ਤੁਸੀਂ ਗੱਲ ਕਰਦੇ ਸੀ ਨਾ ਆਪਾਂ ਬਈ ਉਹਨੇ ਉਹ ਕਿੰਨਾ ਕਿੱਦਾਂ ਪੈੜ ਨੱਪਦਾ ਆਇਆ ਹੋਏਗਾ, ਤੇ ਕਿੰਨੀਆਂ ਕੁ ਗੱਲਾਂ ਉਹਨੇ ਜਿਹੜੀਆਂ ਖੁੱਲਣ ਦਿੱਤੀਆਂ ਵੀ ਲੋਕਾਂ ਚ ਜਾਣ, ਉਹਦੇ ਬਾਰੇ ਸਾਨੂੰ ਹਜੇ ਕੋਈ ਨੀ ਪਤਾ ਵੀ ਕਿੰਨੀ ਕੁ ਗੱਲਾਂ ਉਹਨੇ ਏਦਾਂ ਖੁੱਲੀਆਂ ਛੱਡਤੀਆਂ ਵੀ ਕੋਈ ਗੱਲ ਨੀ ਇਹਨਾਂ ਨੂੰ ਕਰੀ ਜਾਣ ਦੋ ਜਿੰਨਾ ਕੁਛ ਕਰੀ ਜਾਂਦੇ, ਪਰ ਉਹ ਦਿੱਤੀਆਂ ਆਉਂਦੀਆਂ ਹੋਈਆਂ ਔਰ ਉਹਨੂੰ ਆਪਾਂ ਮੰਨ ਨਾ ਪਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਆੜ ਹੇ, ਸਾਨੂੰ ਪਤਾ ਹੀ ਨਹੀਂ ਨਾ, ਸਾਨੂੰ ਉਹ ਸਾਡੀ ਨੌਲੇਜ ਨੀ ਹੈ ਅਜੇ। ਨਹੀਂ ਠੀਕ ਹੈ ਜੀ, ਆਪਾਂ ਮੈਨੂੰ ਲੱਗਦਾ ਬਹੁਤੀ ਗੱਲ ਹਾਂਜੀ ਹੁਣ ਨਾ ਕਰੀਏ ਜੀ, ਬੁੱਧਵਾਰ ਨੂੰ ਫਿਰ ਦੇਖ ਲਾਂਗੇ ਭਿੰਦੇ ਹੁਣੀ ਹਾਂਜੀ, ਜੇ ਮੰਗਲਵਾਰ ਹਾਂਜੀ ਕੁਛ ਹੋਇਆ ਉਹਨਾਂ ਕੋਲ ਜੇ ਸਮਾਂ ਹੋਇਆ ਤੇ ਇਹ ਧੀਰੇ ਵਾਲੀ ਨੂੰ ਜਿੰਨੀ ਕੁ ਰਹਿੰਦੀ ਆ ਇਹ ਦੇਖ ਲੈਣਗੇ ਉਹ ਹਾਂਜੀ, ਠੀਕ ਆ, ਤੇ ਨਹੀਂ ਤਾਂ ਫਿਰ ਆਪਾਂ ਬੁੱਧਵਾਰ ਜ਼ਰੂਰ ਇਹਦੇ ਉੱਤੇ ਕਰ ਲਾਂਗੇ ਵਿਚਾਰ। ਅੱਛਾ ਚਲੋ ਦੇਖ ਲਓ ਕਰੋ, ਇੱਕ ਇੱਕ ਕਾਲ ਆਈ ਆ ਜੀ, ਉਹਨਾਂ ਨੂੰ ਆਪਾਂ ਜਾਂਦੇ ਜਾਂਦੇ ਦੇਖ ਲੈਂਦੇ ਹਾਂ। 0168 ਦੇ ਉੱਤੇ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਬੋਲਦਾ ਜੀ ਸੈਕਰਾਮੈਂਟੋ ਤੋਂ। ਹਾਂਜੀ ਉਹ ਭਾਜੀ ਪੱਤਰਕਾਰ ਦਲਬੀਰ ਸਿੰਘ ਦੀ ਗੱਲ ਕਰਨ ਦਾ ਜੀ। ਹਾਂਜੀ, ਸੁਰਿੰਦਰ ਸਿੰਘ ਦੇ ਨਾਲ 2 ਘੰਟੇ ਦੀ ਆ ਇੰਟਰਵਿਊ, ਉਹਦੇ ਵਿੱਚ ਮਤਲਬ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਕਿਤਾਬ ਚ ਨਾ ਉਦਾਂ ਦੀਆਂ ਰਲਦੀਆਂ ਮਿਲਦੀਆਂ ਉਹਨੇ ਮਤਲਬ ਕਿ ਉਹ ਇੰਟਰਵਿਊ ਦੇ ਵਿੱਚ ਕਿਹਾ ਦਿੱਤੀ ਆ, ਉਹ ਮਤਲਬ ਕਿ ਸੁਣਨ ਵਾਲੀ ਆ ਉਹ ਵੀ। ਦੂਸਰੀ ਗੱਲ ਵਿਦਵਾਨ ਜਿਹੜੇ ਉੱਥੇ ਅਸੈਂਬਲੀ ਚ ਗਏ ਸੀ, ਉਹ ਜਿਹੜਾ ਜਸਪ੍ਰੀਤ ਦਿੱਲੀ ਵਾਲਾ ਜਿਹੜਾ ਸਿੱਖ ਵਾਇਸ ਜਿਹੜਾ ਚੈਨਲ ਚਲਾਉਂਦਾ ਹੁੰਦਾ, ਹਾਂਜੀ ਉਹਦੇ ਨਾਲ ਆ ਭਾਜੀ ਘੰਟੇ ਕੁ ਦੀ, ਉਹਦੇ ਵਿੱਚ ਮਤਲਬ ਤਰਲਿਆਂ ਵਾਲਾ ਕੰਮ ਹੀ ਮਤਲਬ ਉਹਨੇ ਲੈਂਦਾ, ਮਤਲਬ ਉਹ ਵੀ ਜਿੱਦਾਂ ਦਾ ਹੈਗਾ ਆਪਾਂ ਨੂੰ ਪਤਾ, ਪਰ ਉਹਨੇ ਦੇੜ ਦੇੜੇ ਰੱਖਦੇ ਆ ਉਹੀ 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 ਉਹਦੇ ਉੱਤੇ ਵਿਚਾਰ ਸ਼ੁੱਕਰਵਾਰ ਮੈਂ ਚਾਹੁੰਦਾ ਸੀਗਾ ਕਰਨੀ ਆ, ਬੁੱਧਵਾਰ ਸਾਡਾ ਸੂਤ ਨਹੀਂ ਆਉਣਾ ਤੇ
ਸ਼ਨੀਵਾਰ ਨੂੰ ਪ੍ਰੋਗਰਾਮ ਫੇਰ ਬਲਜਿੰਦਰ ਹੁਣੀ ਕਰਨਾ, ਤਾਂ ਸ਼ੁੱਕਰਵਾਰ ਨੂੰ ਅਸੀਂ ਉਹ ਲਾਈਵ ਵੀਡੀਓ ਲਾਈਵ ਕਰਨੀ ਆ। ਠੀਕ ਹੈ ਠੀਕ ਹੈ ਠੀਕ ਹੈ ਭਾਈ, ਮੈਂ ਇਹੋ ਹੀ ਬਸ ਉਹਦੇ ਉੱਤੇ ਕਰਨਾ। ਹਾਂਜੀ ਥੈਂਕ ਯੂ ਥੈਂਕ ਯੂ। ਠੀਕ ਹੈ ਜੀ, ਧੰਨਵਾਦ, ਤੇ ਆਪਾਂ ਸਮਾਪਤੀ ਕਰਦੇ ਹਾਂ। ਮਿਲਾਂਗੇ ਆਉਣ ਵਾਲੇ ਬੁੱਧਵਾਰ, ਉਹਦੇ ਵਿੱਚ ਇਹਨੂੰ ਫੇਰ ਵਿਚਾਰ ਲਵਾਂਗੇ। ਪਰ ਇਹ ਜਿਹੜਾ ਜਿਹੜਾ ਵਿਚਾਰਨੇ ਵਾਲਾ ਹੈਗਾ ਨੁਕਤਾ ਸਾਡਾ, ਉਹ ਇਹ ਨਹੀਂ ਹੈਗਾ ਵੀ ਇਹ ਕੀ ਕਹਿੰਦੇ ਆ, ਬੇਨਤੀ ਆ ਸਰੋਤਿਆਂ ਨੂੰ, ਅਸੀਂ ਇਹ ਦੇਖਣਾ ਆ ਵੀ ਇਹ ਨਜ਼ਰੀਆ ਕੀ ਹੈ ਇਹਨਾਂ ਦਾ। ਸਾਡੇ ਨਾ ਕਥਾਕਾਰਾਂ ਦੇ ਵਿੱਚ, ਸਾਡੇ ਵਿਦਵਾਨਾਂ ਦੇ ਵਿੱਚ ਜਿਹੜੇ ਸਕੋਲਰ ਆ, ਜਿਹੜੀ ਧਿਰ ਚਾਹੁੰਦੀ ਆ ਵੀ ਸਿੱਖ ਕੌਮ ਦੇ ਅੰਦਰ, ਸਿੱਖ ਪੰਥ ਦੇ ਅੰਦਰ, ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਧਰਮ ਦੇ ਅੰਦਰ ਸਫਾਈ ਹੋਵੇ, ਉਹ ਗੱਲਾਂ ਹੋਣ ਜਿਹੜੀਆਂ ਹੋਣੀਆਂ ਚਾਹੀਦੀਆਂ ਆ, ਉਹ ਇਹ ਨਹੀਂ ਸਮਝ ਰਹੇ ਵੀ ਜਿਹੜਾ ਸਾਡਾ ਵਿਰੋਧੀ ਆ ਉਹ ਕਿੱਦਾਂ ਸੋਚਦਾ ਆ। ਜਦੋਂ ਤੁਸੀਂ ਉਹਦੇ ਨੁਕਤਾ ਨਿਗਾਹ ਦੇ ਨਾਲ, ਅੱਜ ਜਿਹੜੇ ਬੰਦੇ ਅਜਨਾਲੇ ਹੁਣਾਂ ਵੱਲੋਂ ਵਿਰੋਧ ਕਰਨ ਵੇਲੇ, ਜਾਂ ਚੋਹਲਾ ਸਾਹਿਬ ਜਾਂ ਅੰਮ੍ਰਿਤਸਰ ਵਿੱਚ ਟਕਸਾਲੀਆਂ ਦੇ ਵਿਰੋਧ ਕਰਨ ਵੇਲੇ, ਢੱਡਰੀਆਂ ਵਾਲਿਆਂ ਵੱਲੋਂ ਦੀਵਾਨ ਕੈਂਸਲ ਕਰਨ 'ਤੇ, ਜਾਂ ਸਰਕਾਰੀ ਅਦਾਰਿਆਂ ਵੱਲੋਂ ਦੀਵਾਨ ਕੈਂਸਲ ਕਰਨ 'ਤੇ ਚੀਕ ਚਿਹਾੜਾ ਪਾਉਂਦੇ ਆ, ਉਹ ਇਹ ਨਹੀਂ ਸਮਝ ਸਕੇ ਹੁਣ ਤਾਈਂ ਵੀ ਸਾਡਾ ਵਿਰੋਧੀ ਸੋਚਦਾ ਕਿੱਦਾਂ ਆ। ਜਦੋਂ ਇਹ ਸੋਚੂਗੇ ਫਿਰ ਤੁਹਾਡੇ ਗੇੜ ਵਿੱਚ ਆਉਣੀ ਆ ਵੀ ਸਾਨੂੰ ਫਾਇਦਾ ਕਾਹਦੇ ਵਿੱਚ ਆ, ਉਹ ਪ੍ਰਾਪਤ ਕੀ ਕਰਨਾ ਚਾਹੁੰਦਾ ਆ। ਉਹਦੇ ਵਿਰੋਧੀ ਵਾਂਗ ਸੋਚਣਾ ਪੈਣਾ ਤੁਹਾਨੂੰ। ਲੜਾਈਆਂ ਜਿਹੜੀਆਂ ਜਿੱਤੀਆਂ ਜਾਂਦੀਆਂ ਆ ਇੱਦਾਂ ਜਿੱਤੀਆਂ ਜਾਂਦੀਆਂ, ਸਟ੍ਰੈਟਜੀ ਤੁਹਾਡੀ ਇੱਦਾਂ ਬਣਦੀ ਆ। ਜਦੋਂ ਤੁਸੀਂ ਉਹਦੇ ਵਾਂਗ ਸੋਚਦੇ ਆ ਫਿਰ ਤੁਹਾਨੂੰ ਪਤਾ ਲੱਗਦਾ ਆ ਵੀ ਉਹ ਕੀ ਕਰ ਸਕਦਾ ਆ, ਜਿਹੜੀ ਚਾਲ ਤੁਸੀਂ ਚੱਲਣੀ ਆ ਉਹਦੇ ਵਿੱਚ ਵਿਰੋਧੀ ਤੁਹਾਡਾ ਕੀ ਕਰ ਸਕਦਾ ਆ। ਜਿੱਦਣ ਇਹ ਗੱਲ ਸਾਡੇ ਗੇੜ ਵਿੱਚ ਆ ਗਈ, ਕੁੱਲ ਮਿਲਾ ਕੇ ਸਾਡਾ ਗਿਆਨ ਲੈਣ ਦਾ, ਜਿਹੜਾ ਜਿੰਨੀ ਬਾਣੀ ਪੜ੍ਹਦੇ ਹਾਂ, ਜਿੰਨਾ ਇਤਿਹਾਸ ਵਿਚਾਰਦੇ ਹਾਂ, ਜਿੰਨੀਆਂ ਆਪਣੀਆਂ ਸਮੱਸਿਆਵਾਂ, ਪਿਛਲੀਆਂ ਮੁਸ਼ਕਲਾਂ ਨੂੰ ਉਹਨਾਂ ਨੂੰ ਅਸੀਂ ਮੁੜ ਮੁੜ ਕੇ ਨਜਿੱਠਦੇ ਹਾਂ, ਜਿੰਨਾ ਭਵਿੱਖ ਵਧੀਆ ਬਣਾਉਣ ਦੀ ਗੱਲ ਕਰਦੇ ਹਾਂ, ਸਾਰੇ ਕੁਛ ਦੇ ਵਿੱਚ ਅਖੀਰ ਦੇ ਵਿੱਚ ਨਿਕਲਣਾ ਇਹ ਚਾਹੀਦਾ ਵੀ ਸਾਨੂੰ ਪਤਾ ਲੱਗ ਜਾਏ ਵਿਰੋਧੀ ਸਾਡਾ ਕਿੱਦਾਂ ਸੋਚਦਾ ਆ। ਜੇ ਸਮਾਂ ਬਣਿਆ ਉਹ ਜਿਹੜੀ ਅਸੀਂ ਚਾਲ ਚੱਲਣੀ ਆ ਉਹਦੇ ਵਿਰੁੱਧ ਉਹ ਕੀ ਕਰ ਸਕਦਾ ਆ, ਜਿਹੜੇ ਉਹ ਕੰਮ ਕਰੂਗਾ ਉਹਦਾ ਜਵਾਬ ਕਿੱਦਾਂ ਦੇਵਾਂਗੇ ਅਸੀਂ, ਉਹਦੇ ਸਿੱਟੇ ਕੀ ਨਿਕਲਣਗੇ, ਉਹਦੇ ਤੋਂ ਬਚਾਂਗੇ ਕਿੱਦਾਂ, ਉਹਦੀ ਮਾਰ ਹੇਠੋਂ ਨਿਕਲਾਂਗੇ ਕਿੱਦਾਂ, ਆਪਣੇ ਆਪ ਨੂੰ ਅੱਗੇ ਲੈ ਕੇ ਜਾਣ ਲਈ। ਅੱਜ ਜੇ 78ਵਿਆਂ ਦੇ ਵਿੱਚ ਸਾਡੇ ਆਗੂ ਇਹ ਸੋਚ ਲੈਂਦੇ ਵੀ ਵਿਰੋਧੀ ਸੋਚਦਾ ਕਿੱਦਾਂ ਆ, ਉਹਦਾ ਨਿਰੰਕਾਰੀ ਉੱਥੇ ਨਿਰੰਕਾਰੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਸਮਾਗਮ ਕਰਨ ਲਈ ਮਨਜ਼ੂਰੀ ਦੇਣ ਦਾ ਉਹਦਾ ਕਾਰਨ ਕੀ ਆ, ਕਿਉਂ ਅੰਮ੍ਰਿਤਸਰ ਦੇ ਵਿੱਚ ਹੀ ਉਹਨਾਂ ਤੋਂ ਕਰਾਉਣਾ ਚਾਹੁੰਦਾ ਆ। ਇਹ ਨਹੀਂ ਹੋ ਸਕਦਾ ਉਦੋਂ ਵੀਡੀਓ ਬਣਦੀਆਂ ਸੀਆਂ, ਕਿਉਂ ਉਹਨਾਂ ਨੂੰ ਉੱਥੇ 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 ਅੰਮ੍ਰਿਤਸਰ ਦੇ ਵਿੱਚ ਸ਼ਹਿ ਦੇ ਰਿਹਾ ਆ। ਉਹਦੇ ਵਿੱਚੋਂ ਜੇ ਅਸੀਂ ਗਏ ਫਿਰ ਕੀ ਕਰ ਸਕਦੇ ਆ ਉਹ, ਜੇ ਸਾਡੀ ਗੱਲ ਮੰਨ ਗਿਆ ਫਿਰ ਠੀਕ ਆ, ਜੇ ਨਾ ਮੰਨੀ ਫਿਰ ਕਿੱਦਾਂ ਹੋਊਗਾ। ਜੇ ਉੱਥੇ ਸਾਡੇ ਬੰਦੇ ਭੜਕ ਕੇ ਉਹਨਾਂ ਦੇ ਚਾਰ ਬੰਦੇ ਮਾਰਿਆ ਏ ਫਿਰ ਕੀ ਹੋਊਗਾ, ਜੇ ਉਹਨਾਂ ਨੇ ਸਾਡੇ ਮਾਰ ਦਿੱਤੇ ਫਿਰ ਕੀ ਕਰਾਂਗੇ ਅਸੀਂ, ਉਹ ਤੋਂ ਬਾਅਦ ਕਿੱਦਾਂ ਅਸੀਂ। ਜਿਹੜੇ ਬੰਦੇ ਅੱਜ ਦਾਅਵਾ ਕਰਦੇ ਆ ਨਾ ਵੀ ਗੁਰੂ ਸਾਹਿਬ ਨੇ ਕਿਰਪਾਨ ਦਿੱਤੀ ਆ ਸਾਨੂੰ, ਕਦੇ ਪੁੱਛਿਓ ਟਕਸਾਲੀਆਂ ਨੂੰ ਜਾਂ ਜਾਗਰੂਕਾਂ ਨੂੰ ਵੀ ਜਿਹੜੀ ਗਾਤਰੇ ਕਿਰਪਾਨ ਪਾਈ, ਚਲੋ ਮੰਨ ਲਓ 3 ਫੁੱਟ ਹੀ ਦਿੱਤੀ ਸੀ ਅਸੀਂ ਗੁਰੂ ਸਾਹਿਬ ਨੇ, ਕੀ ਕਦੇ ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਨੇ ਹਥਿਆਰ ਵਜੋਂ ਕਿਰਪਾਨ ਦਿੱਤੀ ਸੀ ਸਾਨੂੰ ਇੱਦਾਂ ਹੋਈ ਹੋਊਗੀ ਵੀ ਕਿਸੇ ਬੇੜੀ 'ਚ, ਕਿਸੇ ਜਹਾਜ਼ 'ਚ, ਕਿਸੇ ਬੱਸ 'ਚ, ਕਿਸੇ ਜਗ੍ਹਾ ਜਾਣ ਲੱਗੇ, ਨੰਗਣ ਲੱਗੇ, ਤੁਰਨ ਲੱਗੇ, ਕਿਤੇ ਉਹ ਲਾਂਘਾ ਲੈਣ ਲੱਗਿਆਂ ਨੂੰ ਅਗਲੇ ਨੇ ਇਹ ਕਿਹਾ ਹੋਵੇ ਕਿ ਵੀ ਕਿਰਪਾਨ ਇੱਥੇ ਰੱਖ ਦਿਓ ਪਹਿਲਾਂ, ਫਿਰ ਤੁਹਾਨੂੰ ਲੰਘਣ ਦੇਵਾਂਗੇ ਅਸੀਂ, ਤੁਹਾਨੂੰ ਅੱਗੇ ਜਾ ਕੇ ਜਾਂ ਮੁੜ ਕੇ ਆਇਆਂ ਨੂੰ ਦੇ ਦੇਵਾਂਗੇ। ਇਮੈਜਿਨ ਕਰਕੇ ਦੇਖੋ ਕਦੇ ਹੋਇਆ ਹੋਊਗਾ ਇੱਦਾਂ, ਇਹਦਾ ਮਤਲਬ ਗਰੰਟੀਆਂ ਨਹੀਂ ਹੋਇਆ ਹੋਊਗਾ। ਜਿਹਨਾਂ ਹਥਿਆਰ ਵਜੋਂ ਰੱਖਿਆ ਕਿਉਂ ਦੇ ਦਊਗਾ ਉਹ,
ਇਹਦਾ ਮਤਲਬ ਜੇ ਅੱਜ ਅਸੀਂ ਗਾਤਰੇ ਪਾਈ ਨੂੰ ਜਹਾਜ਼ੇ ਚੜ੍ਹਨ ਲੱਗੇ ਲਾ ਕੇ ਦੇ ਆਉਂਦੇ ਹਾਂ ਤੇ ਸਾਫ ਆ ਵੀ ਜਿਸ ਕੰਸੈਪਟ ਦੇ ਅਧੀਨ ਜਿਸ ਸੰਕਲਪ ਨੂੰ ਲੈ ਕੇ ਗੁਰੂ ਸਾਹਿਬ ਨੇ ਦਿੱਤੀ ਸੀ ਉਹ ਨਹੀਂ ਅੱਜ ਪੂਰਾ ਹੋ ਰਿਹਾ। ਉਹ ਤਾਂ ਲੜਾਈ ਜਿਹੜੀ ਆ, ਲੜਾਈ ਦੀ ਗੱਲ ਜਦੋਂ ਇਹ ਸ਼ਬਦ ਆਉਂਦਾ ਆ, ਇਹ ਸਾਡਾ ਮੁੱਢਲਾ ਹੱਕ ਆ ਲੜਾਈ ਲੜਨੀ, ਪਰ ਉਹ ਜਦੋਂ ਜਿਸ ਖੇਤਰ ਵਿੱਚ ਜਿਸ ਥਾਂ ਦੇ ਉੱਤੇ ਜਿਸ ਮਸਲੇ ਨੂੰ ਲੈ ਕੇ ਜਿਸ ਇਨਸਾਨ ਦੀ ਜਿਹੜੇ ਵੀ ਇਨਸਾਨ ਦੇ ਵਿਰੁੱਧ ਲੜਾਈ ਹੋਵੇ ਉੱਥੇ ਵਿਚਾਰਿਆ ਇਹ ਜਾਣਾ ਆ ਵੀ ਉਹ ਉਸ ਵੇਲੇ ਕਿਹੜੇ ਮਾਧਿਅਮ ਨਾਲ ਲੜੀ ਜਾਣੀ ਆ। ਗੁਰੂ ਸਾਹਿਬ ਵੇਲੇ ਕਿਉਂਕਿ ਡਿਕਟੇਟਰਸ਼ਿਪ ਸੀ, ਉਦੋਂ ਘੋੜਿਆਂ 'ਤੇ ਚੜ੍ਹ ਕੇ ਹਥਿਆਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਲੜਾਈ ਲੜੀ ਜਾਂਦੀ ਸੀ। ਇੱਕ ਸਮਾਂ ਆ ਗਿਆ ਜਦੋਂ ਬੰਦੂਕਾਂ ਆ ਗਈਆਂ, ਉਦੋਂ ਦਸਵੇਂ ਪਾਤਸ਼ਾਹ ਦੇ ਟਾਈਮ ਤੱਕ ਬੰਦੂਕਾਂ, ਜੇ ਅੱਜ ਹੁੰਦੇ ਗੁਰੂ ਸਾਹਿਬ ਤੇ ਸ਼ਾਇਦ ਟੈਂਕ ਤੋਪਾਂ ਮਿਜ਼ਾਈਲਾਂ ਉਹ ਰੱਖਦੇ। ਭਾਈ ਸਵਾਲ ਇਹ ਆ, ਉਹ ਸਾਰੇ ਕੁਛ ਦੀ ਲੋੜ ਸਟੇਟ ਹੋਵੇ ਤਾਂ ਪੈਂਦੀ ਆ। ਡਿਕਟੇਟਰਸ਼ਿਪ ਵਿੱਚ ਹਰੇਕ ਬੰਦੇ ਕੋਲ ਇਹ ਅਧਿਕਾਰ ਸੀਗਾ। ਉਹ ਮਾਹੌਲ ਹੀ ਉਸ ਵੇਲੇ ਇੱਦਾਂ ਦਾ ਸੀ ਵੀ ਕੋਈ ਵੀ ਆਪਣੀ ਰੱਖਿਆ ਦੇ ਲਈ ਆਪਣਾ ਜਿਹੜਾ ਵੀ ਉਪਰਾਲਾ ਕਰ ਸਕਦਾ ਕਰੇ ਉਹ। ਅੱਜ ਸਟੇਟ ਨੇ ਸਾਰੀ ਦੁਨੀਆ ਦੇ ਵਿੱਚ ਇਹ ਸਹਿਮਤੀ ਹੋ ਗਈ ਆ, ਸਾਰੀ ਦੁਨੀਆ ਨੂੰ ਕਿਸੇ ਨਾ ਕਿਸੇ ਸਟੇਟ ਦੇ ਅਧੀਨ ਰੱਖਿਆ ਗਿਆ ਆ। ਜਿੰਨੀ ਧਰਤੀ ਆ ਉਹਦੇ ਵਿੱਚੋਂ ਚਾਰ ਉਂਗਲਾਂ ਵੀ ਅੱਜ ਤੁਹਾਨੂੰ ਐਸੀਆਂ ਨਹੀਂ ਮਿਲਣੀਆਂ ਜਿਹਦੇ ਉੱਤੇ ਕੋਈ ਬੰਦਾ ਕਹੇ ਵੀ ਇਹ ਉੱਦਾਂ ਹੀ ਜਾ ਕੇ ਕਹਿ ਦੇਵੇ ਵੀ ਮੇਰੀਆਂ ਆ। ਚੱਪਾ ਚੱਪਾ ਧਰਤੀ ਦਾ ਅੱਜ ਕਿਸੇ ਨਾ ਕਿਸੇ ਸਟੇਟ ਦੇ ਅਧੀਨ ਆ ਉਹਦੇ। ਉਸ ਵੇਲੇ ਇੱਦਾਂ ਨਹੀਂ ਸੀਗਾ, ਉਸ ਵੇਲੇ ਕਿਸੇ ਵੀ ਖਿੱਤੇ ਉੱਤੇ ਕੋਈ ਵੀ ਬੰਦਾ ਬਹਿ ਕੇ ਕਹਿ ਸਕਦਾ ਸੀ ਇਹ ਮੇਰਾ ਆ। ਅੱਜ ਸਾਨੂੰ ਉਹ ਪਿੰਤੜੇ ਬਦਲਣੇ ਪੈਣੇ ਆ। ਅੱਜ ਇਹ ਗੱਲਾਂ ਨਹੀਂ ਕਹਿ ਸਕਦੇ ਵੀ ਗੁਰੂ ਸਾਹਿਬ ਸਾਨੂੰ ਇਹ ਅਧਿਕਾਰ ਦੇ ਕੇ ਗਏ ਨਾ, ਮਾੜੀ ਮਾੜੀ ਗੱਲ 'ਤੇ ਕਿਰਪਾਨਾ ਸ੍ਰੀ ਸਭਾ ਲੈ ਕੇ ਸੜਕ 'ਤੇ ਉਤਰ ਆਇਆ ਕਰੀਏ, ਅਤੇ ਨਾ ਆ ਜਾਗਰੂਕਾਂ ਦੀਆਂ ਦਲੀਲਾਂ ਜਿਹੜੀਆਂ ਘੱਸੀਆਂ ਪਿੱਟੀਆਂ। ਬੇਨਤੀ ਆ ਧੁੰਦੇ ਨੂੰ, ਇਹ ਜਿਹੜਾ ਅਮਰੀਕ ਸਿੰਘ ਆ ਚੰਡੀਗੜ੍ਹ ਵਾਲਾ, ਪੰਥਪ੍ਰੀਤ ਆ, ਮਾਝੀ ਹੁਣੀ ਆ, ਮਾਝੀ ਤਾਂ ਚਲੋ ਹੈਗਾ ਹੀ ਆਪੇ ਕਮਲਾ, ਉਹ ਤਾਂ ਆਪ ਧੀਰੇ ਹੋਣਾ ਵਰਗਾ ਆ, ਪਰ ਇਹ ਜਿਹੜੇ ਵਿਦਵਾਨ ਕਹਾਉਂਦੇ ਆ ਇਹਨਾਂ ਨੂੰ ਬੇਨਤੀ ਆ ਇੱਦਾਂ ਦੇ ਲੱਲੂਆਂ ਪੰਜੂਆਂ ਨੂੰ ਮੂਹਰੇ ਕਰਕੇ ਆਪਣੀ ਅਕਲ ਦਾ ਜਨਾਜ਼ਾ ਨਾ ਕਢਵਾਇਆ ਕਰੋ। ਇਹ ਬੰਦੇ ਜਦੋਂ ਤੁਹਾਡੇ ਹੱਕ ਵਿੱਚ ਬੋਲਦੇ ਆ, ਜਿੱਦਣ ਕਿਸੇ ਚੋਰ ਨੇ ਸਾਧ ਦੇ ਹੱਕ ਵਿੱਚ ਗਵਾਈ ਦਿੱਤੀ ਉਦਣ ਵੀ ਸਾਧ ਦੇ ਉੱਤੇ ਸ਼ੱਕ ਪੈਣੀ ਆ, ਔਰ ਜਿੱਦਣ ਕਿਸੇ ਸਾਧ ਨੇ ਚੋਰ ਦੇ ਹੱਕ ਵਿੱਚ ਗਵਾਈ ਦਿੱਤੀ ਉਦਣ ਵੀ ਸਾਧ ਦੇ ਉੱਤੇ ਸ਼ੱਕ ਪੈਣੀ ਆ। ਇਹ ਖਿਆਲ ਰੱਖਿਓ, ਚਾਹੇ ਅੱਜ ਆ ਸਮਾਂ ਜਿੰਨਾ ਮਰਜ਼ੀ ਲੱਗ ਜਾਵੇ ਭਾਈ, ਜਿੱਦਣ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਕਿਸੇ ਨੇ ਪਛਾਣ ਲਿਆ ਉਹਨੇ ਤੁਹਾਤੋਂ ਮੂੰਹ ਮੋੜ ਜਾਣਾ। ਔਰ ਅਸੀਂ ਦਾਅਵਾ ਕਰਦੇ ਹਾਂ ਧੁੰਦੇ ਹੁਣਾਂ ਨੂੰ ਅਨੇਕਾਂ ਸਵਾਲ ਆ, ਜਿੱਦਣ ਮੈਂ ਇਹ ਦੋ ਵੀਡੀਓ ਸੁਣੀਆਂ ਸੀ, ਧੁੰਦੇ ਹੁਣਾਂ ਨੂੰ ਕਿਤੇ ਕਿਹੋ ਵੀ ਆਪਣੀ ਵੀਡੀਓ ਬਣਾ ਕੇ ਕਹਿ ਦੇਣ ਪਏ ਜਿਹੜੀਆਂ ਗੱਲਾਂ ਕਰਦੇ ਠੀਕ ਆ ਉਹ। ਤੁਹਾਨੂੰ ਸਾਫ਼ ਪਤਾ ਲੱਗ ਜਾਊਗਾ ਵੀ ਮਸਲਾ ਜਿਹੜਾ ਆ ਉਹ ਸਵਾਲ ਜਿਹੜਾ ਉਹ ਪਾਪੀ ਪੇਟਦਾ ਆ, ਜਿਸ ਕਰਕੇ ਰੌਲਾ ਪਾਉਂਦੇ। ਠੀਕ ਆ, ਜਿੰਨਾ ਵੀ ਇਹ ਕਰਦੇ ਆ ਆਪਣਾ ਕੰਮ ਕਰੀ ਜਾਣ, ਪਰ ਸਾਡਾ ਦਾਅਵਾ ਆਇਆ ਇਸ ਗੱਲ ਦੇ ਉੱਤੇ ਭਾਈ, ਜੇ ਨਾ ਸਮੇਂ ਦੀ ਨਬਜ਼ ਨੂੰ ਪਛਾਣਿਆ ਬੜੇ ਤੰਗ ਹੋਵਾਂਗੇ। ਆਉਣੇ ਵਾਲਾ ਸਮਾਂ ਜਿਹੜਾ ਆ, ਆਉਣੇ ਵਾਲੀਆਂ ਪੀੜ੍ਹੀਆਂ ਦੇ ਲਈ ਅਸੀਂ ਕੰਡੇ ਬੀਜ ਰਹੇ ਹੋਵਾਂਗੇ। ਅੱਜ ਨਹੀਂ ਤਾਂ ਕੱਲ੍ਹ ਸਾਨੂੰ ਸਖ਼ਤੀ ਦੇ ਨਾਲ ਸਟੈਂਡ ਲੈਣਾ ਪੈਣਾ। ਜਿਹਨੂੰ ਵੀ ਆਉਣ ਵਾਲੀ ਪੀੜ੍ਹੀ ਦਾ ਫਿਕਰ ਆ, ਜਿਹਦੇ ਘਰ 'ਚ ਬੱਚੇ ਆ, ਜਿਹੜਾ ਵੀ ਸੋਚਦਾ ਆ ਵੀ ਆਉਣੇ ਵਾਲਾ ਜਿਹੜਾ ਦੁੱਖ ਮੈਂ ਹੰਢਾਇਆ ਆ ਆਪਣੇ ਬੱਚਿਆਂ ਨੂੰ ਹੰਢਾਉਣ ਨਹੀਂ ਦੇਣਾ, ਸਾਹ ਸਾਰਿਆਂ ਦੇ ਨਿਕਲ ਜਾਣੇ ਆ ਭਾਈ, ਕੁਛ ਨਹੀਂ ਹੁੰਦਾ, ਘਬਰਾਇਓ ਨਾ, ਇਹਨਾਂ ਦੇ ਹੱਥ ਕੁਛ ਨਹੀਂ ਹੈਗਾ। ਅਸੀਂ ਤਾਂ ਹੁਣ ਤੱਕ ਸੁਣਦੇ ਹੀ ਇਹ ਆਏ ਹਾਂ ਵੀ ਜਿਹੜਾ ਜੰਮਣਾ ਮਰਨਾ ਆ ਉਹ ਮਾਲਕ ਦੇ ਹੱਥ ਆ, ਅਤੇ ਇਹ ਡੋਰੀ ਕਿਤੇ ਇੱਦਾਂ ਥੋੜ੍ਹੋ ਵੀ ਸਾਸਾਂ ਦੀ ਸਵਾਸਾਂ ਦੀ ਡੋਰੀ ਇਹ ਫੜ ਕੇ ਬੈਠੇ ਆ, ਕੁਛ ਨਹੀਂ ਹੋਣਾ।
ਹੌਸਲਾ ਰੱਖੋ। ਔਰ ਅੱਜ ਤਾਂ ਸਾਡੇ ਮੂਹਰੇ ਢੱਡੀਆਂ ਵਾਲਿਆਂ ਵਰਗੇ ਆਗੂ ਉਹ ਬੰਦੇ ਜਿਹੜੇ ਸਾਰਾ ਕੁਛ ਆਪਣੇ ਪਿੰਡੇ 'ਤੇ ਹੰਢਾ ਕੇ ਸਾਰਾ ਸਾਡਾ ਦੁੱਖ ਸਾਰੇ ਖਤਰੇ ਮੁੱਲ ਲੈਣ ਨੂੰ ਤਿਆਰ ਬੈਠੇ ਆ। ਫਿਕਰ ਨਹੀਂ ਚਾਹੀਦਾ, ਬਸ ਉਹ ਗੱਲ ਸਾਡੇ ਦਿਮਾਗ ਵਿੱਚ ਆਵੇ, ਦਿਮਾਗ ਵਿੱਚ ਆਉਣ ਤੋਂ ਬਾਅਦ ਵੇਟ ਕਰੀਏ ਜਿੱਦਣ ਕੋਈ ਇੱਦਾਂ ਦੀ ਸੰਸਥਾ ਖੜੀ ਹੋਵੇ, ਆਪਣਾ ਤਿਲ ਫੁਲ ਜੋ ਸਾਡੇ ਕੋਲ ਹੋ ਸਕਦਾ ਆ ਉਹ ਕਰੀਏ, ਆਪਣੀ ਭੇਟਾ ਜਿਹੜੀ ਆ, ਆਪਣਾ ਤਨ ਮਨ ਜੋ ਵੀ ਜੋ ਕਰ ਸਕਦੇ ਹਾਂ, ਕੋਈ ਵਿਚਾਰਾਂ ਦੇ ਤੌਰ 'ਤੇ, ਕੋਈ ਬੰਦਾ IT ਦੇ ਤੌਰ 'ਤੇ, ਕੋਈ ਫਿਜ਼ੀਕਲੀ, ਕੋਈ ਪੈਸਾ ਪਾ ਕੇ ਉਹਦੇ ਵਿੱਚ ਹਿੱਸਾ ਪਾਈਏ, ਜਿਹੜੇ ਸੋਚਦੇ ਆ ਵੀ ਆਉਣ ਵਾਲੀ ਪੀੜ੍ਹੀ ਨੂੰ ਉਹ ਦੁੱਖ ਨਹੀਂ ਆਉਣ ਦੇਣਗੇ, ਉਹਨਾਂ ਨੂੰ ਜ਼ਰੂਰ ਆਪਣਾ ਜਿਹੜਾ ਦਿਮਾਗ ਆ ਲੜਾਉਣਾ ਚਾਹੀਦਾ, ਸੋਚਣਾ ਚਾਹੀਦਾ। ਸਮਾਂ ਜਿਹੜਾ ਆ ਆਪਣੇ ਹੱਥ ਵਿੱਚ ਹੋਣਾ ਆ। ਇਹੀ ਕਾਰਜ ਕੀਤੇ ਸੀ ਗੁਰੂ ਸਾਹਿਬ ਨੇ, ਉਹ ਕਿਤੇ ਉੱਤੇ ਸ਼ਕਤੀਆਂ ਨਹੀਂ ਸੀ ਲੈ ਕੇ ਆਏ, ਬਸ ਦਿਮਾਗ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਸੀ, ਤਖ਼ਤ 'ਤੇ ਪਲਟ ਜਾਂਦੇ ਆ, ਦੇਖੇ ਆ ਇਤਿਹਾਸ ਨੇ ਪਲਟਦੇ, ਔਰ ਗਵਾਹ ਆ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਰਾਮਦੇਵ ਜੀ, ਦਸੇ ਪਾਤਸ਼ਾਹੀਆਂ ਸਾਡੀਆਂ, ਦਸਵੇਂ ਪਾਤਸ਼ਾਹ ਦਾ ਜੀਵਨ ਅੱਜ ਵੀ ਸਾਡੇ ਕੋਲ, ਸਰਹੰਦ ਦੀ ਦੀਵਾਰ, ਸਰਹੰਦ ਦੇ ਵਿੱਚ ਉਹ ਜਿਹੜਾ ਬੁਰਜ ਆ ਉਹ ਤਾਂ ਅਜੇ ਵੀ ਆ, ਚਮਕੌਰ ਦੀ ਗੜੀ ਹੁਣ ਆ ਸਾਡੇ ਦੇਖਦਿਆਂ ਜਾਣੀ, ਉਹ ਜਿਹੜੇ ਬੰਦੇ ਆ ਉਹ ਦੱਸਦੇ ਆ ਵੀ ਹੁਣ ਢਾਈ ਆ, ਇਹਨਾਂ ਨੇ ਸਾਰਾ ਕੁਛ ਸਾਹਮਣੇ ਪਿਆ ਵਾਪਰਿਆ ਆ, ਔਰ ਉਹ ਗਵਾਹੀ ਦਿੰਦਾ ਆ। ਅਸੀਂ ਵੀ ਸਾਡੇ ਰਾਹੀਂ ਵੀ ਸਾਡੇ ਵੀ ਅਸੀਂ ਵੀ ਨੀਹਾਂ 'ਚ ਚਿਣੇ ਜਾ ਸਕਦੇ ਹਾਂ, ਅਸੀਂ ਵੀ ਆਪਣੇ ਬੱਚਿਆਂ ਨੂੰ ਤਿਆਰ ਕਰ ਸਕਦੇ ਹਾਂ। ਉਹ ਕੋਈ ਸ਼ਕਤੀ ਨਹੀਂ ਹੈ, ਵਿਚਾਰਾਂ ਦੀ ਸ਼ਕਤੀ ਦੇਣੀ ਪੈਣੀ, ਦਿਮਾਗ ਦੇ ਅੰਦਰ ਸਾਨੂੰ ਪਾਉਣਾ ਪੈਣਾ। ਇੱਕ ਗੱਲ ਅਸੀਂ ਦਿਮਾਗ ਦੇ ਅੰਦਰ ਪਾ ਲਈ ਆਪਣੇ, ਵੀ ਘਰ ਮੇਰਾ ਆ, ਜਿੱਦਣ ਸਾਡੇ ਘਰ ਦੇ ਉੱਤੇ ਕੋਈ ਕਬਜ਼ਾ ਕਰਨ ਆਉਂਦਾ ਮਰਨ ਲਈ ਤਿਆਰ ਹੋ ਜਾਂਦੇ ਹਾਂ, ਔਰ ਜਿੱਦਣ ਆਹ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਦੇ ਬਾਰੇ ਅਸੀਂ ਸੋਚ ਲਿਆ ਵੀ ਇਹ ਵਿਚਾਰਧਾਰਾ ਮੇਰੇ ਗੁਰੂ ਦੀ ਆ, ਮੇਰੀ ਆ, ਮੇਰਾ ਦਾਅਵਾ ਆ, ਮੈਂ ਸ਼੍ਰੀ ਚੰਦ ਨਹੀਂ ਬਣਨਾ, ਮੈਂ ਲਹਿਣਾ ਬਣ ਕੇ ਅੰਗਦ ਬਣਨਾ ਆ, ਅਤੇ ਗੁਰੂ ਦੇ ਜਿਹੜੀ ਦਿੱਤੇ ਵਿਚਾਰ ਆ ਉਹਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ। ਜਿੱਦਣ ਇਹ ਜਿਹੜੀ ਜ਼ਿੰਮੇਵਾਰੀ ਚੱਕ ਲਈ, ਦੇਖ ਲਿਓ ਸਾਰਾ ਕੁਛ ਠੀਕ ਹੋ ਜਾਣਾ। ਆਓ ਇੰਤਜ਼ਾਰ ਕਰੀਏ, ਕੋਸ਼ਿਸ਼ ਕਰੀਏ, ਅਤੇ ਆਪਾਂ ਮਿਲਦੇ ਹਾਂ ਜੀ ਬੁੱਧਵਾਰ ਨੂੰ।